ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਈ ਨਾ ਮਿਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਪਾਵੈ ਸੋ ਪਰਵਾਣ ਅਬ ਰਾਖਹੁ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਕਸ ਫਾਰੇ ਕਰ ਆਜ ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਅਪਦਾ ਤੇ ਰਾਖਿਆ ਕਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ ਰੱਖ ਹੋ ਦਾਸ ਭਾਟ ਕੀ ਲਾਜ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਲਈ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਾ ਖਾਲਸਾ ਸਾਧ ਸੰਗਤ ਜੀ ਗੁਰੂ ਕਾ ਖਾਸ ਰੂਪ ਖਾਲਸਾ ਜੀ ਆਓ ਕੁਝ ਸਮਾਂ ਮਨਚਿਤ ਬਿਰਤੀਆਂ ਨੂੰ ਇਕਾਗਰਤਾ ਬਖਸ਼ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਦੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਸਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਕਾਫੀ ਪਾਤਸ਼ਾਹੀ ਦਸਵੀਂ ਕੇਵਲ ਕਾਲ ਹੀ ਕਰਤਾਰ ਆਦ ਅੰਤ ਅਨੰਤ ਮੂਰਤ ਗਣਨ ਭੰਜਨ ਹਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਹਜ਼ਾਰਿਆਂ ਵਿੱਚ ਇਹ ਸੱਤਵਾਂ ਸ਼ਬਦ ਹੈ। ਇੱਥੇ ਪਾਤਸ਼ਾਹ ਫੁਰਮਾਨ ਕਰਦੇ ਨੇ ਤਿਲੰਗ ਰਾਗ ਦੇ ਅੰਦਰ ਗੁਰੂ ਮਹਾਰਾਜ ਦਾ ਇਹ ਹੁਕਮ ਹੈ, ਕਹਿੰਦੇ ਕੇਵਲ ਕਾਲ ਹੀ ਕਰਤਾਰ। ਇੱਥੇ ਕੇਵਲ ਤੋਂ ਭਾਵ ਇਹ ਹੈ ਵੀ ਇੱਕ ਹੀ ਖੁਦਾ ਹੈ, ਦੋ ਰੱਬ ਨਹੀਂ ਦੁਨੀਆਂ 'ਤੇ।
ਸਿੱਖ ਜਗਤ ਦਾ ਵਜੂਦ ਹੈ ਇੱਕ ਓਅੰਕਾਰ, ਔਰ ਉੱਥੇ ਏਕਾ ਲਾਉਣ ਦਾ ਮਤਲਬ ਇਹ ਹੈ ਵੀ ਪਰਮਾਤਮਾ ਇੱਕ ਹੈ, ਕਿਉਂਕਿ ਪਹਿਲਾਂ ਦੁਨੀਆਂ ਨੇ ਰੱਬ ਬੜੇ ਬਣਾਏ ਨੇ, ਦੁਨੀਆਂ ਨੇ ਰੱਬ ਵੰਡੇ ਹੋਏ ਨੇ, ਬੁਰੇ ਕਰਮਾਂ ਦੀ ਤਾਕਤ ਉਹ ਕਹਿ ਰਹੇ ਨੇ ਸ਼ੈਤਾਨ ਦੇ ਕੋਲ ਹੈ, ਸ਼ੈਤਾਨ ਬੁਰੇ ਕਰਮ ਕਰਾਉਂਦਾ ਹੈ, ਚੰਗੇ ਕਰਮ ਖੁਦਾ ਕਰਾਉਂਦਾ ਹੈ, ਤੇ ਫਿਰ ਤੇ ਰੱਬ ਨਾਲੋਂ ਸ਼ੈਤਾਨ ਤਕੜਾ ਲੱਗਦਾ ਹੈ, ਕਿਉਂਕਿ ਜਿੰਨੇ ਬੁਰੇ ਕਰਮ ਦੁਨੀਆਂ ਤੇ ਨੇ ਚੰਗੇ ਕਰਨ ਵਾਲੇ ਰੰਚਕ ਮਾਤਰ ਹੀ ਲੋਕ ਦਿਖਦੇ ਹੋਣਗੇ, ਭਾਵੇਂ ਕੋਈ ਚੰਗਾ ਹੈ ਤੇ ਭਾਵੇਂ ਕੋਈ ਮੰਦਾ ਹੈ, ਖੁਦਾ ਤੋਂ ਬਾਹਰ ਕੋਈ ਨਹੀਂ ਹੈ। ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਉਹਦੇ ਤੋਂ ਲੈਦਾ ਕਰਤਾ ਕੋਈ ਨਹੀਂ ਹੈ, ਜੋ ਵੀ ਦੁਨੀਆਂ ਤੇ ਹੋ ਰਿਹਾ ਹੈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ, ਜੰਮਣਾ ਕੀ ਮਰਨਾ ਕੀ ਸਾਰਾ ਉਹਦੇ ਹੁਕਮ ਦੇ ਵਿੱਚ ਹੈ। ਇੱਥੇ ਪਾਤਸ਼ਾਹ ਕਹਿੰਦੇ ਨੇ ਕਾਲ, ਕਾਲ ਲੈਤਾ ਦਾ ਪ੍ਰਤੀਕ ਹੈ ਜੋ ਸਭ ਨੂੰ ਮਾਰਨੇ ਵਾਲਾ ਹੈ। ਕਹਿੰਦੇ ਮਾਰਨ ਵਾਲਾ ਤੇ ਉਹ ਹੈ ਹੀ ਹੈ, ਪੈਦਾ ਵੀ ਉਹੀ ਕਰਦਾ ਹੈ, ਕਰਤਾ ਵੀ ਉਹ ਹੈ। ਗੁਰੂ ਮਹਾਰਾਜ ਨੇ ਬੇਅੰਤ ਨਾਮ ਵਰਤੇ ਨੇ ਪਰਮਾਤਮਾ ਦੇ, ਜਾਪ ਸਾਹਿਬ ਤੁਸੀਂ ਪੜ੍ਹਦੇ ਹੋ, ਕੋਈ ਅੰਤ ਨਹੀਂ ਹੈ ਨਾਵਾਂ ਦਾ। ਅਕਾਲ ਪੁਰਖ ਵੀ ਉਸ ਲਈ ਆਇਆ ਹੈ, ਅਕਾਲ ਵੀ ਆਇਆ ਹੈ, ਖੁਦਾ ਵੀ ਆਇਆ ਹੈ, ਪ੍ਰਭ ਵੀ ਆਇਆ ਹੈ, ਪ੍ਰਭੂ ਵੀ ਆਇਆ ਹੈ, ਪਰਮਾਤਮਾ ਵੀ ਆਇਆ ਹੈ। ਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇੱਕੇ ਦੇ ਹੀ ਸਾਰੇ ਨਾਮ ਨੇ, ਇਹ ਵੱਖੋ ਵੱਖ ਹਸਤੀਆਂ ਨਹੀਂ। ਇੱਥੇ ਆਖਣ ਲੱਗੇ ਉਹਦੇ ਤੋਂ ਬਿਨਾਂ ਕੋਈ ਕਰਤਾ ਨਹੀਂ ਹੈ, ਸਾਰਿਆਂ ਦੇ ਵਿੱਚ ਅਕਾਲ ਪੁਰਖ ਦੀ ਹਸਤੀ ਮੌਜੂਦ ਹੈ, ਸਭ ਨੂੰ ਕਰਨੇ ਵਾਲਾ ਉਹ ਅਕਾਲ ਪੁਰਖ ਹੈ, ਰਚਨਹਾਰ ਉਹ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾਨ ਹੈ, ਅਰਬਦ ਨਰਬਦ ਧੁੰਦੂਕਾਰਾ, ਕਹਿੰਦੇ ਉਹ ਕਦੋਂ ਤੋਂ ਕਰ ਰਿਹਾ ਹੈ ਸਭ ਕੁਛ। ਗੁਰੂ ਪਾਤਸ਼ਾਹ ਆਖਣ ਲੱਗੇ ਉਦੋਂ ਹਰ ਪਾਸੇ ਜਗਤ ਦੀ ਰਚਨਾ ਤੋਂ ਪਹਿਲਾਂ ਹਨੇਰ ਗਰਦੀ ਸੀ, ਧੁੰਦ ਸੀ, ਅਰਬਦ ਨਰਬਦ ਧੁੰਦੂਕਾਰਾ ਫੋਰ ਦਾ ਕਾਊਂਟਲੈਸ ਏਜਿਸ ਦੇਅਰ ਵਾਸ ਅਲਟਰ ਡਾਰਕਨੈਸ, ਹਨੇਰਾ ਹੀ ਸੀ, ਜਿਹਨੂੰ ਬਲੈਕ ਹੋਲ ਕਹਿ ਦਿੰਦੀ ਹੈ ਸਾਇੰਸ, ਹੋਰ ਕੁਛ ਨਹੀਂ ਸੀ ਦੁਨੀਆਂ ਦੇ ਉੱਤੇ, ਧਰਨ ਨਾ ਗਗਨਾ ਹੁਕਮ ਅਪਾਰਾ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ। ਕਹਿੰਦੇ ਨਾ ਕੋਈ ਧਰਤੀ ਸੀ, ਨਾ ਕੋਈ ਚੰਦ ਸੀ, ਨਾ ਕੋਈ ਸੂਰਜ ਸੀ, ਜਦੋਂ ਚੰਦ ਸੂਰਜ ਨਹੀਂ ਤੇ ਦਿਨ ਰਾਤ ਕਿੱਥੋਂ ਆ ਜਾਂਦੇ, ਨਾ ਕੋਈ ਦਿਨ ਸੀ ਨਾ ਕੋਈ ਰਾਤ ਸੀ, ਅਫੁਰ ਸਮਾਧੀ ਲਾ ਕੇ ਇਕੱਲਾ ਹੀ ਬੈਠਾ ਸੀ, ਫੁਰਨਿਆਂ ਤੋਂ ਰਹਿਤ ਇਕੱਲਾ ਹੀ ਬੈਠਾ ਸੀ, ਕਿਉਂਕਿ ਫੁਰਨੇ ਪੈਦਾ ਹੋ ਜਾਣ ਜਦੋਂ ਉਹਦੇ ਮਨ 'ਚ ਫੁਰਨਾ ਆਵੇ ਵੀ ਇੱਦਾਂ ਹੋ ਜਾਵੇ ਤੇ ਉਹੀ ਰਚਨਾ ਹੋ ਜਾਂਦੀ ਹੈ, ਜਦੋਂ ਫੁਰਨਾ ਆਵੇ ਵੀ ਦੁਨੀਆਂ ਗਰਕ ਜਾਵੇ ਤੇ ਦੁਨੀਆਂ ਗਰਕ ਜਾਂਦੀ ਹੈ। ਔਰ ਉਹ ਸਮਾਂ ਐਸਾ ਸੀ ਫੁਰਨਾ ਹੀ ਕੋਈ ਨਹੀਂ ਸੀ, ਫੁਰਨਾ ਪੈਦਾ ਹੀ ਨਹੀਂ ਸੀ ਉਹ ਕਰ ਰਿਹਾ, ਇਸੇ ਕਰਕੇ ਰਚਨਾ ਨਹੀਂ ਸੀ। ਮਹਾਰਾਜ ਕਹਿੰਦੇ ਖਾਣੀ ਨਾ ਬਾਣੀ, ਪੌਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਨਾ ਪਾਤਸ਼ਾਹ ਆਖਣ ਲੱਗੇ ਅੰਡਜ ਜੇਰਜ ਸੇਤਜ ਉਦਪੁਜੇ ਖਾਣੀਆਂ ਸਨ, ਨਾ ਕੋਈ ਆਂਡਿਆਂ ਚੋਂ, ਨਾ ਕੋਈ ਜੇਰ ਚੋਂ, ਨਾ ਕੋਈ ਮੁੜਕੇ ਚੋਂ, ਨਾ ਕੋਈ ਧਰਤੀ ਦੀ ਹਿੱਕ ਚੋਂ ਪੈਦਾ ਹੁੰਦਾ ਸੀ, ਨਾ ਕੋਈ ਬਾਣੀ ਸੀ, ਨਾ ਕੋਈ ਭਾਸ਼ਾ ਸੀ, ਨਾ ਕੋਈ ਦੁਨੀਆਂ ਦੇ ਉੱਤੇ ਬੋਲ ਬਾਲਾ ਸੀ।
ਬਸੰਤੀ ਯਾਦ ਪਾਉਣ ਆਦਿਕ ਕੋਈ ਬਾਣੀ ਨਹੀਂ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕਰਤਾਰ ਨੇ ਖੁਦਾ ਨੇ ਪ੍ਰਭੂ ਨੇ ਕੋਈ ਫੁਰਨਾ ਨਹੀਂ ਸੀ ਤਾਰਿਆ। ਖੰਡ ਪਾਤਾਲ ਸ਼ਬਦ ਨਹੀਂ ਸਾਗਰ, ਖੰਡ ਪਾਤਾਲ ਸ਼ਬਦ ਨਹੀਂ ਸਾਗਰ, ਨਦੀ ਨਾ ਨੀਰ ਵਹਾਏਂਦਾ, ਨਾ ਕੋਈ ਪਾਤਾਲ ਨੇ ਆਕਾਸ਼ ਨੇ, ਨਾ ਕੋਈ ਨਦੀ ਹੈ, ਨਾ ਕੋਈ ਨਦੀ ਦੇ ਵਿੱਚ ਉਦੋਂ ਜਲ ਦੀ ਕੋਈ ਹਸਤੀ ਸੀ। ਯਾਦ ਰੱਖਿਓ, ਬ੍ਰਾਹਮਣਾਂ ਦੇ ਬਣਾਏ ਨਾ ਕੋਈ ਦੇਵੀ ਦੇਵਤੇ ਸਨ, ਨਾ ਤਦ ਸੁਰਗ ਮੱਛ ਪਿਆਲਾ ਦੋਜਕ ਪਿਸਤ ਨਹੀਂ ਖੈ ਕਾਲਾ, ਨਾ ਕਿਸੇ ਨੂੰ ਦੋਜਕਾਂ ਦਾ ਡਰ, ਜਦੋਂ ਰਚਨਾ ਹੀ ਕੋਈ ਨਹੀਂ ਹੈ, ਨਾ ਕੋਈ ਨਰਕ, ਨਾ ਕੋਈ ਸਵਰਗ, ਨਾ ਕੋਈ ਸਾਗਰ, ਨਾ ਕੋਈ ਮਾਛਾਦਕ ਅਵਤਾਰ ਸਨ, ਨਾ ਪਿਆਲਾ, ਨਾ ਕੋਈ ਪਾਤਾਲ ਸੀ, ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏ ਦਾ। ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਇਕਲੌਤੀ ਹਸਤੀ ਸੀ ਉਹ ਖੁਦਾ ਹੈ। ਮੁਸ਼ਕਲ ਇਹ ਹੈ ਵੀ ਕਈਆਂ ਨੇ ਜਗਤ ਦਾ ਕਰਤਾ ਬ੍ਰਹਮਾ ਜੀ ਨੂੰ ਸਮਝਿਆ ਵੀ ਸਭ ਤੋਂ ਪਹਿਲਾਂ ਉਹ ਸਨ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ। ਇੱਥੇ ਕਿਸੇ ਦੇਵੀ ਦੇਵਤੇ ਦਾ ਖੰਡਨ ਨਹੀਂ ਕੀਤਾ। ਮਹਾਰਾਜ ਕਹਿੰਦੇ ਨੇ ਠੀਕ ਹੈ, ਉਹਨਾਂ ਦੇ ਕੋਲ ਜਿਹੜੇ ਤਖਤ ਨੇ ਸ਼ੋਭਨੀਕ ਨੇ, ਪਰ ਉਹਨਾਂ ਤੋਂ ਵੱਡਾ ਵੀ ਕੋਈ ਹੈ। ਸਾਡੀ ਮੁਸ਼ਕਲ ਇਹ ਹੈ ਅਸੀਂ ਜੋ ਵੇਖਦੇ ਹਾਂ ਉਸਨੂੰ ਹੀ ਰੱਬ ਮੰਨ ਲੈਂਦੇ ਹਾਂ, ਉਸਨੂੰ ਵੱਡਾ ਬਣਾ ਦਿੱਤਾ ਗਿਆ। ਗੁਰੂ ਪਾਤਸ਼ਾਹ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ। ਅੱਛਾ, ਜੇ ਬ੍ਰਹਮਾ ਜੀ ਨੇ ਦੁਨੀਆ ਬਣਾਈ ਹੈ ਤੇ ਬ੍ਰਹਮਾ ਨੂੰ ਵੀ ਤੇ ਕਿਸੇ ਨੇ ਬਣਾਇਆ ਹੈ ਨਾ? ਕਹਿੰਦੇ ਅਸਲ ਵਿੱਚ ਜਿਸ ਨੇ ਬ੍ਰਹਮਾ ਨੂੰ ਬਣਾਇਆ ਹੈ ਦੁਨੀਆ ਬਣਾਉਣ ਵਾਲਾ ਵੀ ਉਹ ਆਪ ਹੈ। ਲੈਤਾ ਕਹਿੰਦੇ ਨੇ ਮਹੇਸ਼ ਕਰ ਰਿਹਾ ਹੈ, ਕਹਿੰਦੇ ਨਹੀਂ, ਮਹਾਦੇਵ ਲੈਤਾ ਨਹੀਂ ਕਰ ਰਿਹਾ। ਮਹਾਦੇਵ ਦੀ ਜਿਸਨੇ ਲੈਤਾ ਕੀਤੀ ਹੈ, ਮਹਾਕਾਲ ਤੋਂ ਉੱਤੇ ਵੀ ਕੋਈ ਬੈਠਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦਿਸੈ, ਇੱਕੋ ਸੋਈ। ਇੱਕ ਪਰਮਾਤਮਾ ਤੋਂ ਬਿਨਾਂ ਕੁਝ ਨਹੀਂ ਸੀ। ਹੁਣ ਉਮੰਗ ਵਿੱਚ ਤਿੰਨ ਹਸਤੀਆਂ ਨੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਮਹਾਰਾਜ, ਤਿੰਨੇ ਹੀ ਨੇ ਨਾ। ਕਹਿੰਦੇ ਇਹਨਾਂ ਦਾ ਇੱਕ ਖਸਮ ਵੀ ਹੈ, ਉਹ ਇੱਕ ਓਅੰਕਾਰ, ਇੱਕ ਲਫ਼ਜ਼ ਓਅੰਗ ਦੇ ਅੱਗੇ ਇਸ ਲਈ ਲਾਇਆ ਹੈ ਵੀ ਤਿੰਨਾਂ ਦਾ ਵੀ ਮਾਲਕ ਹੈ ਉਹ, ਅਸੀਂ ਉਹਦੇ ਮੁਰੀਦ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਉਹ ਜਿਹੜਾ ਇੱਕ ਅਕਾਲ ਪੁਰਖ ਹੈ, ਖਾਲਸਾ ਕੇਵਲ ਉਹਦੀ ਪੂਜਾ ਕਰਦਾ, ਉਹਦੇ ਅੱਗੇ ਝੁਕਦਾ ਹੈ, ਬਾਕੀ ਸਾਰਿਆਂ ਦਾ ਅਦਬ ਹੈ। ਔਰ ਜਿਹੜੇ ਬਾਣੀ ਦਾ ਓਟ ਆਸਰਾ ਲੈ ਕੇ ਦੂਸਰੇ ਧਰਮਾਂ ਦਾ ਖੰਡਨ ਕਰਨ, ਦੂਸਰਿਆਂ ਅਵਤਾਰਾਂ ਨੂੰ, ਕ੍ਰਿਸ਼ਨ ਜੀ, ਰਾਮ ਜੀ ਵਰਗੇ ਅਵਤਾਰਾਂ ਨੂੰ, ਜਾਂ ਮੁਹੰਮਦ ਜੀ ਵਰਗੇ, ਯੀਸੂ ਮਸੀਹ ਵਰਗੇ ਅਵਤਾਰਾਂ ਨੂੰ ਬੁਰਾ ਆਖਣ, ਇਹ ਗੁਰਸਿੱਖੀ ਦਾ ਸਿਧਾਂਤ ਨਹੀਂ ਹੈ। ਸਿੱਖ ਜਗਤ ਕਿਸੇ ਦਾ ਖੰਡਨ ਨਹੀਂ ਕਰ ਰਿਹਾ, ਪਾਖੰਡ ਦਾ ਖੰਡਨ ਹੈ। ਕੇਵਲ ਇਹ ਪਾਤਸ਼ਾਹ ਫੁਰਮਾ ਰਹੇ ਨੇ ਵੀ ਇਹਨਾਂ ਤੋਂ ਵੱਡੀਆਂ ਹਸਤੀਆਂ, ਆਮ ਦੁਨਿਆਵੀ ਲੋਕਾਂ ਤੋਂ ਵੱਡੀਆਂ ਹਸਤੀਆਂ ਨੇ ਦੇਵੀ ਦੇਵਤੇ, ਪਰ ਇਹਨਾਂ ਦੇ ਸਿਰ ਦੇ ਉੱਤੇ ਵੀ ਪ੍ਰੈਜੀਡੈਂਟ ਬੈਠਾ ਹੋਇਆ ਹੈ, ਮਾਲਕ ਬੈਠਾ ਹੋਇਆ ਹੈ, ਅਸੀਂ ਉਹਦੇ ਪੁਜਾਰੀ ਹਾਂ, ਅਕਾਲ ਪੁਰਖ ਜੋ ਹੈ। ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸੈ, ਇੱਕ ਔਸੋਈ। ਇੱਕ ਖੁਦਾ ਹੀ ਸੀ ਉਦੋਂ। ਆਖਣ ਲੱਗੇ ਇਹ ਜਿਹੜੀ ਦੁਨੀਆ ਹੈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁੱਖ ਪਾਏਂਦਾ, ਨਾ ਕੋਈ ਦੁੱਖ ਹੈ, ਨਾ ਕੋਈ ਸੁੱਖ ਹੈ, ਇੱਥੇ ਕੁਝ ਵੀ ਨਹੀਂ ਸੀ। ਮਹਾਰਾਜ ਫਿਰ ਇਹ ਕਰਤਾਰ ਕਰਤਾ ਪੁਰਖ ਜਿਹੜਾ ਹੈ, ਇਸਨੇ ਕਿਵੇਂ ਦੁਨੀਆ ਬਣਾਈ? ਕਹਿੰਦੇ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ। ਬਾਦਸ਼ੋ ਦਾ ਫੁਰਨਾ ਆ ਗਿਆ, ਉਹਨੇ ਇੱਕ ਆਸਾ ਪੈਦਾ ਕੀਤੀ, ਉਹਨੇ ਇੱਕ ਇੱਛਾ ਪ੍ਰਗਟ ਕੀਤੀ ਵੀ ਸੰਸਾਰ ਬਣ ਜਾਵੇ ਤੇ ਬਣ ਗਿਆ। ਕਿਵੇਂ ਬਣਿਆ, ਕਿਸ ਤਰ੍ਹਾਂ ਬਣਾਇਆ, ਕਾਹਦੇ ਨਾਲ ਬਣਾਇਆ, ਇਹ ਕੋਈ ਨਹੀਂ ਜਾਣਦਾ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ, ਕੋਈ ਨਹੀਂ ਜਾਣਦਾ ਉਹਦੇ ਬਿਨਾਂ। ਪਰ ਵੇਖੋ ਉਹਦੀ ਕਲਾ ਕੈਸੀ ਹੈ,
ਪਾਣੀ ਵਿੱਚ ਮਿੱਟੀ ਦੀ ਮੁੱਠ ਭਰ ਕੇ ਪਾ ਦਿਓ, ਖੁਰ ਜਾਂਦੀ ਹੈ। ਹੈਰਾਨੀ ਇਸ ਗੱਲ ਦੀ ਹੈ, ਬਾਜ ਕਲਾ ਆਡਾਣ ਰਹਾਇਆ, ਬਿਨਾਂ ਥੰਮਾਂ ਤੋਂ ਗਗਨ ਖੜਾ ਕੀਤਾ ਹੈ। ਬਿਨਾਂ ਥੰਮਾਂ ਤੋਂ ਪਾਣੀ ਦੇ ਵਿੱਚ ਕੋਈ ਪਿੱਲਰ ਨਹੀਂ ਕੱਢੇ ਵੀ ਤਿੰਨ ਹਿੱਸੇ ਪਾਣੀ ਹੈ, ਸੱਤਾਂ ਸਮੁੰਦਰਾਂ ਵਿੱਚ ਧਰਤੀ ਖਿਲਾਰ ਦੇਵਾਂ, ਵੇਖੋ ਕਲਾ ਉਸ ਦੀ। ਪਾਣੀ ਤੇ ਧਰਤੀ ਹੈ, ਮਿੱਟੀ ਹੈ, ਖੁਰ ਨਹੀਂ ਦਿੰਦਾ। ਕੋਈ ਲੈਂਟਰ ਪਾਉਣਾ ਹੋਵੇ ਤੇ ਥੰਮ ਚਾਹੀਦੇ ਨੇ, ਤੇ ਬੜਾ ਵਾਇਆ ਹੋਵੇ ਨਾ ਲੈਂਟਰ ਦਾ ਇੰਜੀਨੀਅਰ ਕਹਿੰਦੇ ਨੇ ਵੀ ਕੋਈ ਬੀਮ ਪਾਉਣਾ ਪੈਣਾ, ਨਹੀਂ ਤੇ ਡਿੱਗ ਪਵੇਗਾ। ਅਸਮਾਨ ਵੱਲ ਵੇਖੋ ਤੁਸੀਂ, ਤੇ ਅਸਮਾਨ ਨੂੰ ਕੇਵਲ ਇੱਦਾਂ ਹੀ ਨਾ ਸਮਝ ਲਿਓ ਵੀ ਇਹ ਟਰਾਂਸਫਰ ਇਹਦੇ ਵਿੱਚ ਦੀ ਤੁਸੀਂ ਅੱਗੇ ਪਿੱਛੇ ਵੇਖ ਲੈਂਦੇ, ਇਹਦਾ ਕੋਈ ਵਜੂਦ ਕੋਈ ਨਹੀਂ ਹੈ। ਥੋੜ੍ਹਾ ਜਿਹਾ ਧਿਆਨ ਦਿਓ, ਜਦੋਂ ਬੱਦਲ ਫਟਦਾ ਹੈ ਤੇ ਫਿਰ ਪਤਾ ਲੱਗਦਾ ਹੈ ਵੀ ਅਸਮਾਨ ਦਾ ਭਾਰ ਕਿੰਨਾ ਕੁ ਹੈ, ਹਜ਼ਾਰਾਂ ਬਿਲਡਿੰਗਾਂ ਕੀ। ਹਾਂ, ਹਿਮਕੁੰਡ ਸਾਹਿਬ ਦੇ ਬਾਰੇ, ਉਸ ਇਲਾਕੇ ਦੇ ਬਾਰੇ ਗਿਆਨ ਲੈਣਾ ਹੋਵੇ, ਥੋੜ੍ਹਾ ਨੈੱਟ ਨੂੰ ਸਰਚ ਕਰਿਓ ਵੀ ਜਦੋਂ ਬੱਦਲ ਫਟਿਆ ਸੀ ਉੱਥੇ ਹਾਲਾਤ ਕੀ ਬਣੇ ਸੀ। ਹਜ਼ਾਰਾਂ ਗੱਡੀਆਂ, ਮੋਟਰਾਂ, ਪਾਰਕਿੰਗਾਂ, ਬਿਲਡਿੰਗਾਂ ਰੋੜ ਕੇ ਲੈ ਗਿਆ, ਕੀ ਹੈ ਵੇਖਣ ਨੂੰ, ਕੀ ਹੈ ਹਵਾਈ ਲੱਗਦੀ ਹੈ। ਪਰ ਜਦੋਂ ਸਿਰ ਤੇ ਫਟਦਾ ਹੈ, ਸਮਝ ਲੱਗਦੀ ਹੈ ਵੀ ਇਹਦਾ ਭਾਰ ਕਿੰਨਾ ਹੈ। ਬਿਨਾਂ ਥੰਮਾਂ ਤੋਂ ਮਹਾਰਾਜ ਕਹਿੰਦੇ ਸਾਰੀ ਖੇਡ ਕੀਤੀ ਹੈ, ਕਰ ਕਰ ਦੇਖੈ ਹੁਕਮ ਸੁਭਾਇਆ, ਖੰਡ ਬ੍ਰਹਿਮੰਡ ਪਾਤਾਲ ਅਰੰਭੇ ਗੁਬਤੋਂ ਪ੍ਰਗਟੀ ਆਏ ਦਾ। ਬਸ ਗੁਬਤ ਸੀ, ਪ੍ਰਗਟ ਹੋ ਗਿਆ, ਖੰਡ ਬ੍ਰਹਿਮੰਡ ਉਸਨੇ ਬਣਾ ਦਿੱਤੇ। ਇਹੀ ਬਚਨ ਕਲਗੀ ਧਰ ਨੇ, ਇਹੀ ਬਚਨ ਨਾਨਕ ਨਿਰੰਕਾਰੀ ਦੇ ਦਸਵੇਂ ਜਾਮੇ ਨੇ ਇੱਥੇ ਫੁਰਮਾਨ ਕਰਕੇ ਸਾਨੂੰ ਗਿਆਨ ਬਖਸ਼ਣ ਦੇ ਲਈ ਕਰਨਾ ਕੀਤਾ ਹੈ। ਕਹਿੰਦੇ ਕੇਵਲ ਕਾਲ ਈ ਕਰਤਾਰ, ਕਰਤਾਰ ਤੋਂ ਬਿਨਾਂ ਕਰਤਾ ਕੋਈ ਨਹੀਂ ਹੈ, ਕਰਤਾਰ ਤੋਂ ਬਿਨਾਂ ਸਿਰਜਣਹਾਰ ਕੋਈ ਨਹੀਂ ਹੈ। ਜਗਤ ਤੋਂ ਪਹਿਲਾਂ ਆਦ ਅੰਤ ਅਨੰਤ ਮੂਰਤ, ਗੜਨ ਭੱਜਨ ਹਾਰ, ਜਗਤ ਦੀ ਰਚਨਾ ਦਾ ਆਦ ਸੀ, ਸੁਨ ਸਮਾਧ ਲਾ ਕੇ ਬੈਠਾ ਸੀ, ਜਗਤ ਦਾ ਅੰਤ ਵੀ ਉਹ ਹੈ। ਜਗਤ ਦੀ ਆਦ ਵਿੱਚ ਰਚਨਾ ਵੀ ਕੀਤੀ ਹੈ ਤੇ ਅੰਤ ਵਿੱਚ ਖਾਤਮਾ ਵੀ ਉਹਦੇ ਹੱਥੋਂ ਹੀ ਹੁੰਦਾ ਹੈ। ਗੜਨ ਭੰਜਨ ਹਾਰ, ਪੈਦਾ ਕਰ ਦੇਣਾ ਤੇ ਭੰਨ ਦੇਣਾ, ਇਹ ਉਹਦੇ ਵੱਸ ਵਿੱਚ ਹੈ। ਜਿੰਨੇ ਵੀ ਜੀਵ ਨੇ ਪੈਦਾ ਉਹ ਕਰਦਾ ਹੈ, ਸਾਰਿਆਂ ਨੂੰ ਭੰਨਣ ਵਾਲਾ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਆਪ ਹੈ। ਯਾਦ ਰੱਖਿਓ ਅਨੰਤ ਮੂਰਤ, ਇੱਕ ਮੂਰਤ ਥੋੜ੍ਹਾ ਬਣਾਈ ਹੈ ਉਹਨੇ, ਵੇਖੋ ਕਰੋੜਾਂ ਦੀ ਆਬਾਦੀ ਹੈ, ਜਨਸੰਖਿਆ ਹੈ, ਕਰੋੜਾਂ ਜੀਵ ਨੇ, ਸਭ ਮੂਰਤਾਂ ਹੀ ਨੇ। ਔਰ ਹੈਰਾਨੀ ਇਸ ਗੱਲ ਦੀ ਹੈ, ਕੋਈ ਕਿਸੇ ਨਾਲ ਨਹੀਂ ਰਲਦਾ, ਜੁੜਵੇਂ ਵੀ ਹੋਣ ਤੇ ਕੋਈ ਨਾ ਕੋਈ ਅੰਤਰ ਹੁੰਦਾ ਹੀ ਹੈ, ਮਾਂ ਪਛਾਣ ਹੀ ਲੈਂਦੀ ਹੈ ਵੀ ਇਹ ਘੰਟਾ ਕੁ ਵੱਡਾ ਹੈ ਤੇ ਘੰਟਾ ਛੋਟਾ ਹੈ, ਲੋਕ ਪਛਾਣਨ ਜਾਂ ਨਾ ਪਛਾਣਨ। ਕਹਿੰਦੇ ਕੋਈ ਕਿਸੇ ਨਾਲ ਰਲਦਾ ਨਹੀਂ ਹੈ, ਅਨੰਤ ਜੀਵ ਦੁਨੀਆਂ ਤੇ ਪੈਦਾ ਕਰਦਾ ਹੈ, ਘੜਦਾ ਹੈ, ਮੂਰਤੀ ਵਾਂਗ ਘੜਦਾ ਹੈ ਤੇ ਅਨੰਤਾਂ ਦਾ ਖਾਤਮਾ ਕਰ ਦਿੰਦਾ ਹੈ। ਦੂਸਰਾ ਅਰਥ ਸਮਝਿਓ, ਆਦ ਅੰਤ ਅਨੰਤ ਮੂਰਤ, ਜਗਤ ਦੀ ਰਚਨਾ ਤੋਂ ਲੈ ਕੇ ਆਪ ਉਸਨੇ ਸਰਗੁਣ ਸਰੂਪ ਵਿੱਚ ਕਈ ਰੂਪ ਧਾਰੇ ਨੇ, ਦਸ ਪਾਤਸ਼ਾਹੀਆਂ ਦੇ ਰੂਪ ਵਿੱਚ ਦੁਨੀਆਂ ਤੇ ਆਇਆ ਹੈ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਸਰਗੁਣ ਸਰੂਪ ਹੈ। ਜੇ ਨਿਰਗੁਣ ਪੱਖ ਵਿੱਚ ਚਲੇ ਜਾਓ ਤੇ ਸਰੂਪ ਹੀ ਕੋਈ ਨਹੀਂ ਹੈ, ਜੋਤ ਸਰੂਪ ਹੈ, ਸਾਰਿਆਂ 'ਚ ਵਸਿਆ ਹੈ ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾ ਧਾਰ ਜਿਨ ਸਗਲੀ ਮੋਹੀ, ਹੀ ਹਿਮਸੈਲਫ ਇਜ਼ ਦਾ ਅਬਸੋਲਿਊਟ ਲੋਰਡ, ਉਹ ਕੁੱਲ ਕਾਇਨਾਤ ਦਾ ਮਾਲਕ ਹੈ। ਇੱਕ ਬੰਨੇ ਯਾਦ ਰੱਖੋ ਉਹ ਸਵਾਸ ਸਰੂਪ ਹੈ, ਇੱਕ ਬੰਨੇ ਕਹਿੰਦੇ ਹੀ ਇਜ਼ ਦਾ ਰਿਲੇਟਡ ਵਨ, ਇੱਕ ਬੰਨੇ ਸਾਡੇ ਵਿੱਚ ਜੋਤ ਬਣ ਕੇ ਸਮਾਇਆ ਹੈ, ਸਾਡੇ ਨਾਲ ਇੰਨਾ ਕੁ ਸੰਬੰਧ ਹੈ ਉਹਦਾ, ਅਤੇ ਇੱਕ ਬੰਨੇ ਦੀਨ ਦੁਨੀਆਂ ਦਾ ਮਾਲਕ ਅਵਤਾਰ ਧਾਰ ਕੇ ਦੁਨੀਆਂ ਤੇ ਆ ਰਿਹਾ ਹੈ। ਕਲਾ ਧਾਰ ਜਿਨ ਸਗਲੀ ਮੋਹੀ, ਇੱਕ ਬੰਨੇ ਮਾਇਆ ਦੇ ਸਰੂਪ ਵਿੱਚ ਸਾਰੇ ਜਗਤ ਨੂੰ ਮੋਹਿਆ ਹੋਇਆ ਹੈ ਉਸਨੇ, ਇੰਨੇ ਅਨੰਤ ਰੂਪ ਨੇ ਉਹਦੇ।
ਨਿਰਗੁਣ ਸਰੂਪ ਵਿੱਚ ਕੋਈ ਅੱਖ ਨਹੀਂ ਤੇ ਜੇ ਸਰਗੁਣ ਵਿੱਚ ਆ ਜਾਈਏ ਤੇ ਆ ਜਿੰਨੀਆਂ ਅੱਖਾਂ ਵੇਂਹਦੀਆਂ ਨੇ ਸਭ ਉਹਦੀਆਂ ਨੇ। ਨਿਰਗੁਣ ਸਰੂਪ ਵਿੱਚ ਕੋਈ ਜੀਭਾ ਨਹੀਂ, ਸਰਗੁਣ ਵਿੱਚ ਆ ਜਿੰਨੀਆਂ ਜ਼ੁਬਾਨਾਂ 36 ਪ੍ਰਕਾਰ ਦੇ ਭੋਜਨ ਚੱਖ ਰਹੀਆਂ ਨੇ ਸਭ ਉਹਦੀਆਂ ਨੇ। ਇਹ ਸਾਰੀ ਉਹਦੀ ਖੇਡ ਹੈ ਕਰਤੇ ਦੀ, ਕਰਤਾਰ ਦੀ। ਇਉਂ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਨੇ, ਰਹਾਓ ਨਿੰਦ ਉਸਤਤ ਜੌਨ ਕੇ ਸਮ ਸੱਤਰ ਮਿੱਤਰ ਨਾ ਕੋਏ। ਇੱਕ ਤੇ ਯਾਦ ਰੱਖਿਓ ਪਰਮਾਤਮਾ ਦੇ ਵਿੱਚ ਇਹ ਗੁਣ ਹੈ, ਨਿੰਦਾ ਕੀਤਿਆਂ ਉਹ ਘਟਦਾ ਨਹੀਂ ਹੈ ਤੇ ਉਸਤਤੀ ਕੀਤਿਆਂ ਉਹ ਵੱਧਦਾ ਨਹੀਂ ਹੈ। ਉਹਦਾ ਸੁਭਾਅ ਐਸਾ ਹੈ, ਨਿੰਦਾ ਉਸਤਤ ਦਾ ਉਹਦੇ 'ਤੇ ਅਸਰ ਨਹੀਂ ਹੈ। ਬੰਦੇ ਦੀ ਨਿੰਦਾ ਕਰੋ ਤੇ ਡਿੱਗ ਪੈਂਦਾ ਹੈ, ਕ੍ਰੋਧਿਤ ਹੁੰਦਾ ਹੈ, ਗੁੱਸੇ ਵਿੱਚ ਆਉਂਦਾ ਹੈ, ਗਲ ਪੈਂਦਾ ਹੈ। ਰੱਬ ਨੂੰ ਮਾੜਾ ਕਹਿਣ ਵਾਲੇ ਵੀ ਕਈ ਨੇ ਕੁਝ ਕਹਿੰਦਾ ਵੇਖਿਆ। ਆਪਣੀ ਕਰਮਗਤੀ ਹੈ ਨਾ, ਬੁਰਾ ਆਖਾਂਗੇ ਤੇ ਵਿਗੜ ਜਾਂਦੀ ਹੈ, ਜੋ ਬੀਜਾਂਗੇ ਉਹ ਪਾ ਲਈਦਾ। ਰੱਬ ਦਾ ਨਹੀਂ ਘਟਦਾ ਕੁਛ, ਤੁਹਾਡੇ ਜਾਂ ਮੇਰੇ ਨਿੰਦਿਆ ਕੀਤਿਆਂ ਰੱਬ ਦਾ ਕੀ ਘਟੇਗਾ। ਉਸਤਤੀ ਕਰ ਦਵੋ, ਇਹ ਨਹੀਂ ਵੀ ਅੱਜ 400 ਬੰਦਾ ਪੂਜ ਰਿਹਾ ਹੈ, ਕੱਲ ਨੂੰ 4 ਪੂਜਣ ਤੇ ਸ਼ਾਇਦ ਖੁਦਾ ਘਟ ਜਾਵੇਗਾ। ਉਸਤਤੀ ਕੀਤਿਆਂ ਉਹ ਵਾਧਾ ਨਹੀਂ ਹੈ। ਉਹਦਾ ਨਾ ਨਿੰਦਾ ਕਰਨ ਵਾਲਾ ਵੈਰੀ ਹੈ, ਨਾ ਉਸਤਤੀ ਕਰਨ ਵਾਲਾ ਮਿੱਤਰ ਹੈ, ਉਹ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਭਨਾਂ ਦੀਆਂ ਝੋਲੀਆਂ ਭਰਨ ਵਾਲਾ ਹੈ। ਨਿੰਦਾ ਤੇ ਉਸਤਤ ਉਹਦੇ ਲਈ ਬਰਾਬਰ ਹੈ, ਨਿੰਦਾ ਕੀਤਿਆਂ ਘਟੇਗਾ ਨਹੀਂ, ਨਾ ਘਾਟ ਹੈ ਉਸਤਤੀ ਕੀਤਿਆਂ, ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। 4 ਬੰਦੇ ਉਹਦੀ ਜੈ ਜੈਕਾਰ ਵੱਧ ਕਰਨ ਦੇ ਨੂੰ ਕੋਈ ਬਹੁਤਾ ਵੱਡਾ ਨਹੀਂ ਹੋ ਜਾਂਦਾ, 4 ਘੱਟ ਕਰਨ ਉਹ ਨਿੱਕਾ ਨਹੀਂ ਹੋ ਜਾਂਦਾ। ਉਹ ਮਹਾਰਾਜ ਕਹਿੰਦੇ ਇਹ ਗੱਲਾਂ ਉਹਦੇ 'ਤੇ ਅਸਰ ਨਹੀਂ ਕਰਦੀਆਂ। ਮਿੱਤਰ ਛੱਤਰ ਉਹਦੇ ਸਮਾਨ ਨੇ, ਸਾਰੇ ਹੀ ਉਹਦੇ ਜੀਵ ਨੇ, ਉਹਦੀ ਅੰਸ਼ ਨੇ, ਉਹ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਪਾਉਂਦਾ ਹੈ। ਨਿੰਦਾ ਉਸਤਤ ਦੋ ਬਿਵਰਜਿਤ ਤਜਹੋ ਮਾਨ ਅਭਿਮਾਨਾ, ਲੋਹਾ ਕੰਚਨ ਸਮਕਰ ਜਾਣੈ, ਲੋਹਾ ਕੰਚਨ ਸਮਕਰ ਜਾਣੈ ਤੇ ਮੂਰਤ ਭਗਵਾਨਾ। ਭਗਵਾਨ ਕੌਣ ਹੈ, ਖੁਦਾ ਕੌਣ ਹੈ? ਕਹਿੰਦੇ ਜਿਹਨੂੰ ਉਸਤਤ ਨਿੰਦਾ ਦਾ ਅਸਰ ਕੋਈ ਨਹੀਂ ਹੈ, ਮਾਨ ਅਭਿਮਾਨ ਜਿਹਦੇ ਵਿੱਚ ਹੈ ਨਹੀਂ ਹੈ, ਲੋਹੇ ਤੇ ਮਿੱਟੀ ਦਾ ਜਿਹਦੇ ਲਈ ਅੰਤਰ ਨਹੀਂ ਹੈ, ਲੋਹੇ ਤੇ ਸੋਨੇ ਦਾ ਫਰਕ ਨਹੀਂ ਹੈ, ਸੋਨੇ ਤੇ ਮਿੱਟੀ ਦਾ ਜਿਹਦੇ ਲਈ ਫਰਕ ਨਹੀਂ ਹੈ, ਤੇ ਮੂਰਤ ਭਗਵਾਨਾ, ਉਹ ਖੁਦਾ ਹੈ, ਉਹ ਪ੍ਰਭੂ ਹੈ, ਉਹ ਭਗਵਾਨ ਹੈ। ਅਗਰ ਇਹ ਗੁਣ ਸਾਡੇ ਵਿੱਚ ਆ ਜਾਣ ਤੇ ਮੂਰਤ ਭਗਵਾਨਾ, ਅਸੀਂ ਵੀ ਉਸ ਹਸਤੀ ਨੂੰ ਮਾਣ ਸਕਦੇ ਹਾਂ। ਜੇ ਆ ਜਾਣ ਇਹ ਗੁਣ ਤੇ ਆਉਂਦੇ ਨਹੀਂ। ਉਸਤਤ ਨਿੰਦਾ ਦੋ ਤਿਆਗੀ ਖੋਜੈ ਪਦ ਨਿਰਵਾਨਾ, ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿ ਰਹੇ ਨੇ, ਉਸਤਤ ਨਿੰਦਾ ਦੋ ਤਿਆਗੇ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕੰਮ ਔਖਾ ਜੇ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਇਹ ਗੱਲਾਂ ਬੜੀਆਂ ਸੌਖੀਆਂ, ਮੈਂ ਸਟੇਜ 'ਤੇ ਸੌਖਾ ਕਹਿ ਲੈਂਦਾ, ਸੁਣ ਵੀ ਤੁਸੀਂ ਸੌਖਾ ਲਿਆ ਹੈ, ਪਰ ਕਹਿੰਦੇ ਖੇਡ ਔਖੀ ਹੈ, ਜੀਵਨ ਵਿੱਚ ਧਾਰਨਾ ਔਖਾ ਹੈ। ਅਸੀਂ ਤੇ ਗਲ ਘੁੱਟਣ ਤੱਕ ਜਾਂਦੇ, ਸਾਡੀ ਕੋਈ ਨਿੰਦਾ ਕਰ ਦੇਵੇ ਤੇ ਅੱਖੀਂ ਨਹੀਂ ਵੇਖਣਾ ਚਾਹੁੰਦੇ। ਉਹਨੂੰ ਜਿਹੜਾ ਵਡਿਆਈ ਕਰੇ, ਆਓ ਜੀ ਤੇ ਬੈਠੋ ਜੀ, ਉਹਨੂੰ ਗਲ ਨਾਲ ਲਾਉਂਦੇ ਹਾਂ। ਰੱਬ ਇੱਦਾਂ ਦਾ ਨਹੀਂ ਹੈ, ਰੱਬ ਇੱਦਾਂ ਦਾ ਨਹੀਂ ਹੈ। ਤੁਸੀਂ ਧਿਆਨ ਦਿਓ, ਦੋ ਭਰਾ ਹੋਣ ਨਾ, ਦੋ ਲਖਤੇ ਜਿਗਰ ਹੋਣ ਮਾਤਾ ਪਿਤਾ ਦੇ, ਇੱਕ ਲਾਇਕ ਹੈ ਇੱਕ ਨਲਾਇਕ ਹੈ, ਇੱਕ ਹੁਕਮ ਵਿੱਚ ਚੱਲਦਾ ਹੈ ਇੱਕ ਹੁਕਮ ਅਦੂਲੀ ਕਰਦਾ ਹੈ, ਦੋਵਾਂ ਨੂੰ ਹੀ ਗੱਲ ਨਾ ਲਾਉਂਦੇ ਨੇ ਮਾਪੇ। ਸੁਭਾਅ ਐਸਾ ਹੈ, ਇਹ ਨਹੀਂ ਵੀ ਜਿਹੜਾ ਮਾੜਾ ਹੈ ਉਹਨੂੰ ਰੋਟੀ ਨਹੀਂ ਦੇਵੇਗੀ, ਮਾਂ ਅੱਖ ਬਚਾ ਕੇ ਪਿਓ ਤੋਂ ਉਹਨੂੰ ਵੀ ਰੋਟੀ ਦੇ ਦਿੰਦੀ ਹੈ, ਚੰਗੇ ਨੂੰ ਤੇ ਮਿਲੇਗੀ। ਉਹਦੀ ਅੰਸਾਂ ਅਸੀਂ ਸਭਨਾਂ ਨਾਲ ਪ੍ਰੇਮ ਕਰਦਾ ਹੈ, ਪਰ ਬੁਰਾ ਕਰਨ ਵਾਲੇ ਆਪ ਹੀ ਆਪਣੇ ਪੈਰ ਤੇ ਕੁਹਾੜੀ ਮਾਰ ਲੈਂਦੇ ਨੇ, ਚੰਗਾ ਕਰਨ ਵਾਲੇ ਸੁੱਖ ਪਾਉਂਦੇ ਨੇ। ਇਹ ਅੰਤਰ ਹੈ, ਬੁਰਾ ਕਰਨ ਵਾਲੇ ਦੁੱਖ ਭੋਗਦੇ ਨੇ, ਚੰਗਾ ਕਰਨ ਵਾਲੇ ਸੁੱਖ ਪਾਉਂਦੇ ਨੇ। ਖੇਡ ਔਖੀ ਹੈ, ਪਰ ਗੁਰਮੁਖਾਂ ਨੇ ਇਹ ਅਵਸਥਾ ਮਾਣੀ ਹੋਈ ਹੈ, ਇਹ ਪਦ ਉਹਨਾਂ ਨੇ ਮਾਣੇ ਹੋਏ ਨੇ।
ਇਸ ਗੱਲ ਨੂੰ ਯਾਦ ਰੱਖੇ, ਉਹਦਾ ਕੋਈ ਮਿੱਤਰ ਨਹੀਂ ਹੈ, ਉਹਦਾ ਕੋਈ ਛੱਤਰ ਨਹੀਂ ਹੈ, ਉਹ ਕਿਸੇ ਨਾਲ ਵੈਰ ਨਹੀਂ ਜੀ ਰੱਖਦਾ, ਉਹ ਕਿਸੇ ਦਾ ਵੈਰੀ ਨਹੀਂ ਹੈ। ਅਗਰ ਵੈਰ ਰੱਖਦਾ ਹੁੰਦਾ ਨਾ ਜਦੋਂ ਸਰਗੁਣ ਸਰੂਪ ਵਿੱਚ ਆਇਆ ਹੈ, ਔਰੰਗਜ਼ੇਬ ਨੇ ਖੁਦਾ ਦੇ ਸਰਗੁਣ ਸਰੂਪ ਦਸਵੇਂ ਜਾਮੇ ਗੁਰੂ ਗੋਬਿੰਦ ਸਿੰਘ ਦੇ ਚਾਰ ਲਾਲ ਸ਼ਹੀਦ ਕੀਤੇ, ਉਸ ਔਰੰਗਜ਼ੇਬ ਦਾ ਲਾਲ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਆਇਆ, ਜੋ ਸਰਣੇ ਆਵੈ ਇਸ ਕੰਠ ਲਾਵੈ ਗਲ ਨਾਲ ਲਾਇਆ, ਤੇ ਮੰਗਿਆ ਕੀ ਸੀ ਬਹਾਦਰ ਸ਼ਾਹ ਨੇ, ਬਾਪ ਦੇ ਤਖਤ ਨੂੰ ਖੋਹ ਲਿਆ ਏ ਤਾਰਾ ਆਜ਼ਮ ਨੇ, ਹੱਕ ਮੇਰਾ ਏ ਮੈਨੂੰ ਹੱਕ ਦਵਾ ਦੇ। ਕਲਗੀਧਰ ਨੇ ਨਹੀਂ ਆਖਿਆ ਵੀ ਤੇਰਾ ਬਾਪ ਕਾਤਲ ਹੈ ਮੇਰੇ ਬੱਚਿਆਂ ਦਾ, ਤੈਨੂੰ ਮੈਂ ਸਜ਼ਾ ਦੇਵਾਂਗਾ। ਪਾਤਸ਼ਾਹ ਨੇ ਮਿੱਟੀ ਵਿੱਚ ਰੁਲਦੇ ਨੂੰ ਭਾਰਤ ਵਰਸ਼ ਦਾ ਬਾਦਸ਼ਾਹ ਬਣਾਇਆ ਬਹਾਦਰ ਸ਼ਾਹ ਨੂੰ। ਰੀਤੇ ਭਰੇ ਭਰੇ ਸਖਨਾਵੈ, ਭਰਿਆ ਨੂੰ ਖਾਲੀ ਕਰ ਦੇਣਾ, ਰਾਜਿਆਂ ਨੂੰ ਰੰਕ ਤੇ ਰੰਕਾਂ ਨੂੰ ਰਾਜ ਦੇ ਦੇਣਾ, ਇਹ ਖੁਦਾ ਦੀ ਬਰਕਤ ਹੈ। ਵੈਰ ਕਮਾਉਂਦਾ ਤੇ ਬਹਾਦਰ ਸ਼ਾਹ ਦਾ ਹਸ਼ਰ ਬੁਰਾ ਕਰਦਾ, ਪਰ ਨਹੀਂ ਤਖਤ ਦਿੱਤਾ ਗਿਆ ਹੈ, ਉਹਦੇ ਵਿੱਚ ਵੈਰ ਦੀ ਭਾਵਨਾ ਨਹੀਂ ਹੈ। ਜਿਹੜਾ ਚਰਨੀ ਲੱਗ ਜਾਵੇ ਉਹਨੂੰ ਬਖਸ਼ ਦਿੰਦਾ ਹੈ, ਤੇ ਜਿਹੜੇ ਉਹਦੇ ਪਿਆਰ, ਵੈਸੇ ਇਹ ਬ੍ਰਹਮ ਦੀ ਅਵਸਥਾ ਹੈ, ਤੇ ਜਿਹੜੇ ਬ੍ਰਹਮ ਦਾ ਗਿਆਨ ਕਰ ਲੈਣ ਉਹਨਾਂ ਨੂੰ ਵੀ ਪ੍ਰਾਪਤ ਹੁੰਦੀ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਦ੍ਰਿਸ਼ਟ ਸਮਾਨ ਕੀ ਹੈ, ਸੱਜਣ ਮਿੱਤਰ ਨੂੰ ਇੱਕ ਜੈਸਾ ਸਮਝਣਾ। ਬ੍ਰਹਮ ਗਿਆਨੀ ਕਹਿ, ਇੱਥੇ ਇਹ ਦੋ ਅਰਥ ਨਿਕਲਦੇ ਨੇ, ਇੱਕ ਤੇ ਬ੍ਰਹਮ ਪਰਮਾਤਮਾ ਉਹਦਾ ਸੁਭਾਅ ਹੈ, ਦੂਸਰਾ ਗਿਆਨੀ ਜਿਸ ਨੂੰ ਬ੍ਰਹਮ ਦਾ ਗਿਆਨ ਹੈ, ਮਹਾਂਪੁਰਸ਼। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਜਿਵੇਂ ਹਵਾ ਜਿਹੜੀ ਹੈ ਨਾ, ਇਹ ਥੋੜ੍ਹੀ ਵੀ ਰਾਜਿਆਂ ਦੇ ਮਹਿਲਾਂ ਵਿੱਚ ਹੀ ਠੰਡਕ ਪਹੁੰਚਾਉਂਦੀ ਹੈ, ਗਰੀਬਾਂ ਦੀ ਕੁੱਲੀ ਵੱਲ ਵੀ ਚੱਲਦੀ ਹੈ ਉਹ। ਜਿਵੇਂ ਹਵਾ ਵਿਤਕਰਾ ਨਹੀਂ ਹੈ ਕਰਦੀ, ਜਿਵੇਂ ਅੱਗ ਦੇ ਨੇੜੇ ਜਾਓ, ਗਰੀਬ ਹੋਵੇ ਅਮੀਰ ਹੋਵੇ ਸਭ ਨੂੰ ਨਿੱਗ ਦਿੰਦੀ ਹੈ, ਗੁਰੂ ਦਾ ਖੁਦਾ ਦਾ ਸੁਭਾਅ ਐਸਾ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਧੀਰਜ ਇੰਨਾ ਹੈ। ਧਰਤੀ ਵੱਲ ਕਹਿੰਦੇ ਧਿਆਨ ਦਿਓ, ਧਰਤੀ ਤੇ ਚੰਦਨ ਲੈ ਕੇ ਨਾ ਚੰਦਨ ਦਾ ਲੇਪ ਲਾ ਦਿਓ, ਧਰਤੀ ਬਹੁਤੀ ਖੁਸ਼ ਨਹੀਂ ਹੈ। ਤੇ ਕਈ ਲੈ ਕੇ ਧਰਤੀ ਦੀ ਹਿੱਕ ਵਿੱਚ ਟੋਆ ਪੁੱਟ ਦਿਓ, ਧਰਤੀ ਨਾਰਾਜ਼ ਨਹੀਂ ਹੋਵੇਗੀ। ਜਿਉਂ ਬਸੁਦਾ, ਜਿਉਂ ਬਸੁਦਾ ਕੋਈ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਧੀਰਜ ਏਕ। ਦੁਸ਼ਮਣ ਕੀ ਮਿੱਤਰ ਕੀ, ਚੰਦਨ ਲਾਈ ਜਾਓ ਤੇ ਭਾਵੇਂ ਬੁਰਾ ਆਖੀ ਜਾਓ, ਕੋਈ ਮਿੱਤਰ ਨਹੀਂ ਹੈ, ਕੋਈ ਛੱਤਰ ਨਹੀਂ ਹੈ, ਉਸਦੀ ਅਵਸਥਾ ਇਹ ਬਣ ਚੁੱਕੀ ਹੈ। ਐਸੀ ਪਹੁੰਚ ਦਾ ਉਹ ਮਾਲਕ ਹੈ। ਬ੍ਰਹਮ ਗਿਆਨੀ ਕਹਿ ਮਿੱਤਰ ਛੱਤਰ ਸਮਾਨ, ਉਹਦੇ ਲਈ ਮਿੱਤਰ ਤੇ ਸ਼ਤਰੂ ਇੱਕ ਨੇ। ਉਹਦੇ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਵੀ ਇਹ ਅਵਸਥਾ ਮਿਲਦੀ ਹੈ, ਖੁਦਾ ਦੇ ਤੇ ਇਹ ਗੁਣ ਹੈ ਹੀ ਨੇ। ਇੱਥੇ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਵੇਖੋ ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ, ਨਿੰਦ ਉਸਤਤ ਜੌਨ ਕੇ ਸਮ ਸਤਰ ਮਿੱਤਰ ਨਾ ਕੋਏ, ਕੌਣ ਬਾਟ ਪਰੀ ਤਿਸੈ ਪਥ ਸਾਰ ਥੀ ਰਥ ਹੋਏ। ਕਹਿੰਦੇ ਉਹਦਾ ਤੇ ਕੋਈ ਸ਼ਤਰੂ ਨਹੀਂ ਹੈ, ਮਿੱਤਰ ਨਹੀਂ ਹੈ। ਹੁਣ ਤੁਸੀਂ ਕੇਵਲ ਸ੍ਰੀ ਕ੍ਰਿਸ਼ਨ ਨੂੰ ਰੱਬ ਕਹਿ ਦਿੱਤਾ ਹੈ। ਕਹਿੰਦੇ ਠੀਕ ਹੈ, ਉਹਨਾਂ ਕੋਲ ਰੁਤਬਾ ਹੈ, ਉਹ ਅਵਤਾਰ ਨੇ। ਤੁਸੀਂ ਕਿਹਾ ਵੀ ਰੱਬ ਹੈ ਹੀ ਕੋਈ ਨਹੀਂ, ਸ੍ਰੀ ਕ੍ਰਿਸ਼ਨ ਰੱਬ ਹੈ। ਕਹਿੰਦੇ ਪੰਡਿਤ ਜੀ, ਫਿਰ ਇਸ ਗੱਲ ਦਾ ਜਵਾਬ ਦਿਓ, ਰੱਬ ਦਾ ਤੇ ਕੋਈ ਵੈਰੀ ਮਿੱਤਰ ਨਹੀਂ ਹੁੰਦਾ, ਤੇ ਕ੍ਰਿਸ਼ਨ ਜੀ ਨੇ ਤੇ ਅਰਜਨ ਦੇ ਪਾਰਥੀ ਬਣ ਕੇ, ਰੱਥ ਵਾਹਕ ਬਣ ਕੇ ਦੁਰਯੋਧਨ ਨਾਲ ਵੈਰ ਕਮਾਇਆ ਹੈ। ਧਿਆਨ ਦਿਓ ਨਾ, ਅਰਜਨ ਦਾ ਪੱਖ ਕਿਉਂ ਲਿਆ ਸ੍ਰੀ ਕ੍ਰਿਸ਼ਨ ਮਹਾਰਾਜ ਨੇ, ਕਿਉਂਕਿ ਮਿੱਤਰ ਹੈ। ਕੌਰਵਾਂ ਦੇ ਖਿਲਾਫ ਕਿਉਂ ਚੱਲੇ ਨੇ, ਕਿਉਂਕਿ ਸ਼ਤਰੂ ਨੇ, ਦੁਸ਼ਮਣ ਨੇ। ਮਹਾਰਾਜ ਕਹਿੰਦੇ ਜੇ ਕ੍ਰਿਸ਼ਨ ਜੀ ਹੀ ਖੁਦਾ ਨੇ, ਖੁਦਾ ਹੋਰ ਕੋਈ ਨਹੀਂ ਹੈ। ਇਹ ਤੇ ਕਿਹਾ ਜਾ ਸਕਦਾ ਹੈ ਵੀ ਰੱਬ ਦੀਆਂ ਬਰਕਤਾਂ ਸਨ ਉਹਨਾਂ ਕੋਲ, ਦੁਨੀਆਂ ਤੇ ਅਵਤਾਰੀ ਪੁਰਸ਼ ਸਨ ਭਲੇ ਲਈ ਆਏ, ਪਰ ਕਹਿ ਦੇਣਾ ਵੀ ਰੱਬ ਹੀ ਉਹਨੇ, ਹੋਰ ਕੋਈ ਹੋਇਆ ਹੀ ਨਹੀਂ ਹੈ। ਕਹਿੰਦੇ ਫਿਰ ਇੱਕ ਗੱਲ ਦਾ ਜਵਾਬ ਦੇ ਦਿਓ, ਉਹਦਾ ਮਿੱਤਰ ਛੱਤਰ ਕੋਈ ਨਹੀਂ ਹੁੰਦਾ, ਪਰ ਕੌਣ ਬਾਟ ਪਰੀ ਤਿਸੈ, ਜਵਾਬ ਦਿਓ। ਕਹਿੰਦੇ ਇਸ ਗੱਲ ਦਾ ਜਵਾਬ ਦਿਓ, ਕੀ ਮੁਸ਼ਕਲ ਬਣ ਗਈ ਕ੍ਰਿਸ਼ਨ ਲਈ, ਕੀ ਮੁਸ਼ਕਲ ਬਣ ਗਈ ਵੀ ਕੌਰਵਾਂ ਨੂੰ ਦੁਸ਼ਮਣ ਤੇ ਪਾਂਡਵਾਂ ਨੂੰ ਸੱਜਣ ਬਣਾ ਲਿਆ। ਰੱਬ ਤੇ ਇਹ ਕੰਮ ਕਰਦਾ ਹੀ ਨਹੀਂ ਹੈ, ਇੱਕ ਨਾਲ ਜੋੜਿਆ ਹੈ ਸਾਨੂੰ ਅਕਾਲ ਪੁਰਖ ਦੇ ਨਾਲ। ਤੁਸੀਂ ਕ੍ਰਿਸ਼ਨ ਜੀ ਨੂੰ ਸਾਰਥੀ ਦੱਸਦੇ ਹੋ ਅਰਜੁਨ ਦਾ,
ਖੁਦਾ ਦੱਸਦੇ ਹੋ ਉਹਨਾਂ ਨੂੰ, ਦੇਖੋ ਸਮੇਂ ਸਮੇਂ 'ਤੇ ਐਸੇ ਅਵਤਾਰ ਆਉਂਦੇ ਨੇ, ਸਾਡੇ ਨਾਲੋਂ ਬੜੇ ਉੱਚੇ ਨੇ ਅਵਤਾਰ, ਆਮ ਮਨੁੱਖ ਨਾਲੋਂ ਬੜੇ ਉੱਚੇ ਨੇ, ਇਹਨਾਂ ਕੋਲ ਤਾਕਤਾਂ ਨੇ, 16 ਕਲਾ ਸੰਪੂਰਨ ਸਨ ਕ੍ਰਿਸ਼ਨ ਮਹਾਰਾਜ, ਪਰ ਪਰਮਾਤਮਾ ਜਿਹੜਾ ਹੈ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਬੇਅੰਤ ਕਲਾ ਦਾ ਮਾਲਕ ਹੈ, ਉਹਦੀਆਂ ਸਮੁੱਚੀਆਂ ਕਲਾ ਜਿਹੜੀਆਂ ਸਨ ਉਹ ਅਗਰ ਦੁਨੀਆਂ 'ਤੇ ਆਈਆਂ ਨੇ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਦੇ ਰੂਪ ਵਿੱਚ ਸਮੁੱਚੀਆਂ ਕਲਾ ਦੁਨੀਆਂ 'ਤੇ ਆਈਆਂ, ਨਹੀਂ ਤਾਂ ਸਨਾਤਨ ਮਤ ਦੇ ਗ੍ਰੰਥ ਪੜ੍ਹੋ, ਗੁਰੂ ਨਾਨਕ ਪਾਤਸ਼ਾਹ ਨੂੰ ਪਹਿਲਾਂ ਕ੍ਰਿਸ਼ਨ ਜੀ ਕੋਲ 16 ਅਤੇ ਰਾਮ ਜੀ ਕੋਲ 14 ਕਲਾ ਸਨ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਉਹ ਦੁਨੀਆਂ 'ਤੇ ਆਏ ਨੇ ਅਤੇ ਉਹਨਾਂ ਦਾ ਨਿਰਗੁਣ ਸਰੂਪ ਨਹੀਂ ਹੈ, ਖੁਦਾ 'ਤੇ ਸਦਾ ਹਾਜ਼ਰ ਨਾਜ਼ਰ ਹੈ। ਇੱਥੇ ਪਾਤਸ਼ਾਹ ਇਹ ਸਮਝਾਉਂਦੇ ਨੇ, ਕਹਿੰਦੇ ਵੇਖੋ ਕੇਵਲ ਕਾਲੀ ਕਰਤਾ, ਕਰਤਾ ਉਹ ਹੈ, ਖੁਦਾ ਉਹ ਹੈ, ਬਰਕਤਾਂ ਵਾਲਾ ਉਹ ਹੈ, ਤੁਸੀਂ ਇੱਕ ਢਾਂਚੇ ਵਿੱਚ ਨਾ ਕੇਵਲ ਬੰਨ੍ਹਿਆ ਕਰੋ ਵੀ ਕ੍ਰਿਸ਼ਨ ਹੀ ਖੁਦਾ ਸਨ, ਨਹੀਂ, ਇਹਦੇ ਤੋਂ ਬਹੁਤ ਵੱਡੀਆਂ ਬਰਕਤਾਂ ਵਾਲਾ ਮੌਜੂਦ ਹੈ। ਅੱਗੇ ਕੀ ਕਹਿੰਦੇ ਨੇ, ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ, ਕਹਿੰਦੇ ਨੇ ਉਸ ਪਰਮਾਤਮਾ ਦਾ ਮੁਕੰਦ ਮੁਕਤੀ ਦਾਤਾ ਦਾ ਨਾ ਪਿਓ ਹੈ, ਨਾ ਮਾਂ ਹੈ, ਨਾ ਪੁੱਤਰ ਹੈ, ਨਿਰਗੁਣ ਸਰੂਪ ਵਿੱਚ, ਨਾ ਉਹਦੀ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਨਿਰਗੁਣ ਸਰੂਪ ਵਿੱਚ, ਜੋਤ ਸਰੂਪ ਵਿੱਚ, ਇਹ ਰਿਸ਼ਤੇ ਨਾਤੇ ਨਹੀਂ। ਬਾਣੀ ਕੀ ਕਹਿ ਰਹੀ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਉਹਦਾ ਮਾਂ ਪਿਓ ਕੋਈ ਨਹੀਂ ਹੈ, ਸਾਡੇ ਸਾਰਿਆਂ ਦਾ ਮਾਂ ਪਿਓ ਪਰਮਾਤਮਾ ਹੈ, ਸਾਰਿਆਂ ਦੀ ਸਾਰ ਲੈਂਦਾ ਹੈ, ਕਿਰਪਾ ਕਰਦਾ ਹੈ, ਤੇ ਜਿਹਦਾ ਮਾਤਾ ਪਿਤਾ ਹੀ ਕੋਈ ਹੈ ਨਹੀਂ ਹੈ, ਜਿਹਦਾ ਮਾਂ ਪਿਓ ਹੀ ਕੋਈ ਹੈ ਨਹੀਂ ਹੈ, ਜਿਹਦਾ ਪਿਤਾ ਕੋਈ ਹੈ ਨਹੀਂ ਹੈ, ਤੇ ਤੁਸੀਂ ਜਿਹਦੀ ਮਾਂ ਹੀ ਕੋਈ ਨਹੀਂ ਹੈ, ਤੇ ਉਹਨੂੰ ਤੁਸੀਂ ਦੇਵਕੀ ਦਾ ਪੁੱਤਰ ਬਣਾ ਦਿੱਤਾ ਜੇ, ਉਹਦੀ ਤੇ ਮਾਂ ਹੀ ਕੋਈ ਨਹੀਂ ਹੈ। ਇਹ ਮੁਸ਼ਕਲ ਇਹ ਸੀ ਵੀ ਪਾਂਡਾ ਕਹਿ ਰਿਹਾ ਹੈ ਵੀ ਕ੍ਰਿਸ਼ਨ ਜੀ ਹੀ ਕੇਵਲ ਖੁਦਾ ਨੇ, ਹੋਰ ਕੋਈ ਰੱਬ ਨਹੀਂ ਹੋਇਆ। ਮਹਾਰਾਜ ਕਹਿੰਦੇ ਨਹੀਂ, ਗਲਤ ਕਹਿ ਰਿਹਾ ਹੈ ਤੂੰ, ਕ੍ਰਿਸ਼ਨ ਜੀ ਤੇ ਦੁਨੀਆਂ ਤੋਂ ਚਲੇ ਵੀ ਗਏ ਨੇ, ਪਰ ਰੱਬ ਤੇ ਅੱਜ ਵੀ ਸਾਡੇ 'ਚ ਰਮਤ ਰਾਮ ਸਭ ਰਹੇ ਉਹ ਸਮਾਏ ਬੋਲ ਰਿਹਾ ਹੈ, ਸਾਡੇ ਰਾਹੀਂ ਸਮਾਇਆ ਹੋਇਆ ਹੈ। ਮਹਾਰਾਜ ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ, ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੂਕੰਦ, ਕੌਣ ਕਾਜ ਕਹਾਹੇਂਗੇ ਤੇ ਆਨ ਦੇਵਕ ਨੰਦ। ਉਹਨੂੰ ਕੀ ਕੰਮ ਪੈ ਗਿਆ ਵੀ ਦੇਵਕੀ ਦਾ ਪੁੱਤਰ ਬਣ ਰਿਹਾ ਹੈ, ਤੁਸੀਂ ਉਹਨੂੰ ਮਾਂ ਦੇਵਕੀ ਦਾ ਪੁੱਤਰ ਬਣਾ ਰਹੇ ਹੋ, ਉਹਦੀ ਤੇ ਮਾਤਾ ਪਿਤਾ ਕੋਈ ਹੈ ਹੀ ਨਹੀਂ ਹੈ, ਉਹਦਾ ਤੇ ਕੋਈ ਹੈ ਹੀ ਨਹੀਂ ਹੈ, ਉਹ ਤੇ ਸਾਰਿਆਂ ਦਾ ਮਾਤਾ ਪਿਤਾ ਆਪ ਹੈ, ਉਸਨੂੰ ਕੀ ਲੋੜ ਪੈ ਗਈ ਦੇਵਕੀ ਦੇ ਪੁੱਤਰ ਬਣਨ ਦੀ, ਉਹ ਤੇ ਆਪ ਸਾਰਿਆਂ ਦਾ ਪੁੱਤਰ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਉਹ ਤੇ ਕਿਸੇ ਦਾ ਪੈਦਾ ਕੀਤਾ ਪੈਦਾ ਹੁੰਦਾ ਹੀ ਨਹੀਂ ਹੈ, ਸਵੈਭੰ ਸੁਤੇ ਸਿੱਧ ਪ੍ਰਕਾਸ਼ਵਾਨ ਹੈ, ਕ੍ਰਿਸ਼ਨ ਜੀ ਨੂੰ ਤੇ ਮਾਂ ਦੇਵਕੀ ਪੈਦਾ ਕਰ ਰਹੀ ਹੈ, ਇਹ ਨਹੀਂ ਹੈ ਗੱਲ ਕਹਿੰਦੇ। ਸਾਰਿਆਂ 'ਚ ਸਮਸਤ ਦੇ ਵਿੱਚ ਇੱਕ ਨੂਰ ਤੇ ਸਭ ਜਬ ਉਪਜਿਆ, ਸਾਰਿਆਂ 'ਚ ਉਹਦੀ ਜੋਤ ਹੈ, ਪਰ ਸਮੁੱਚੇ ਤੌਰ 'ਤੇ ਤੁਸੀਂ ਇੱਕ ਵਜੂਦ ਵਿੱਚ ਬਿਠਾ ਦਿਓ ਵੀ ਇਹੀ ਰੱਬ ਹੈ, ਜਣੇ ਖਣੇ ਨੂੰ ਅਸੀਂ ਰੱਬ ਬਣਾ ਲੈਂਦੇ ਹਾਂ, ਇਹ ਗੱਲ ਨਹੀਂ ਹੈ, ਰੱਬ ਬੜਾ ਵੱਡਾ ਹੈ, ਰੱਬ ਬੜੀ ਵੱਡੀ ਤਾਕਤ ਹੈ। ਇੱਥੇ ਪਾਤਸ਼ਾਹ ਕੀ ਕਹਿੰਦੇ ਨੇ, ਪ੍ਰਭੂ ਨੂੰ ਕੋਈ ਪੈਦਾ ਨਹੀਂ ਕਰ ਸਕਦਾ, ਕੋਈ ਪ੍ਰਭੂ ਨੂੰ ਮਾਰ ਨਹੀਂ ਸਕਦਾ, ਨਾ ਤਾਤ ਹੈ ਨਾ ਮਾਤ ਹੈ, ਉਹਦਾ ਕੌਣ ਹੈ। ਇੱਥੇ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਨੇ ਵੀ ਵੇਖੋ ਤੁਹਾਡੀਆਂ ਗਲਤ ਫਹਿਮੀਆਂ ਨੇ, ਬੜੇ ਰੱਬ ਬਣਾ ਦਿੱਤੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਰ ਦੇਵਾਂ, ਮੈਨੂੰ ਜੋ ਖੁਦਾ ਨੇ ਬਿਆਨ ਕਰਨ ਘੱਲਿਆ ਹੈ ਉਹ ਬਿਆਨ ਕਰਾਂਗਾ, ਮੈਂ ਕਿਸੇ ਤੋਂ ਡਰਦਾ ਨਹੀਂ ਹਾਂ, ਨਾ ਮੈਨੂੰ ਕਿਸੇ ਦਾ ਭੈ ਹੈ, ਨਾ ਮੈਨੂੰ ਕੋਈ ਡਰਾ ਸਕਦਾ ਹੈ। ਰੱਬ ਬਣਾਏ ਨੇ, ਅਸਲ ਤੁਸੀਂ ਵਜੂਦ ਨੂੰ ਭੁੱਲ ਗਏ ਹੋ, ਮੈਂ ਚੇਤੇ ਕਰਵਾਉਣ ਆਇਆ ਹਾਂ, ਕਹਿਓ ਪ੍ਰਭੂ ਸੋ ਪਾਖ ਹੋ ਕਿਸੂ ਨਾ ਕਾਨ ਰਾਖ ਹੋ, ਮੈਂ ਕਿਸੇ ਤੋਂ ਨਹੀਂ ਡਰਦਾ। ਉਹਨੂੰ 10 ਲੱਖ ਫੌਜ ਨਹੀਂ ਡਰਾ ਸਕੀ, ਪਾਂਧਾ ਕੀ ਡਰਾਵੇਗਾ,
ਮੈਂ ਤੇ ਜੋ ਰੱਬ ਨੇ ਕਿਹਾ ਦੱਸਣ ਆਇਆ ਹੈ ਵੀ ਤੁਹਾਡੇ ਬਣਾਏ ਰੱਬ ਰੱਬ ਨਹੀਂ, ਰੱਬ ਬੜਾ ਵੱਡਾ ਹੈ, ਰੱਬ ਬੜੀ ਅਸੀਮ ਤਾਕਤ ਹੈ, ਬੜੀ ਵੱਡੀ ਤਾਕਤ ਹੈ, ਤੁਸੀਂ ਦੇਵਤਿਆਂ ਨੂੰ ਰੱਬ ਬਣਾ ਲਿਆ, ਉਹ ਦੱਸਾਂ ਤੁਹਾਨੂੰ ਰੱਬ ਕੌਣ ਹੈ। ਕਹਿੰਦੇ ਦੇਵ ਦੈਤ ਦਿਸਾ ਵਿਸਾ ਜਿਹੇ ਕੀਨ ਸਰਬ ਪਸਾਰ। ਰੱਬ ਉਹ ਹੈ ਜਿਸਨੇ ਬੜੇ ਬੜੇ ਦੇਵਤੇ ਪੈਦਾ ਕੀਤੇ ਨੇ, ਰੱਬ ਉਹ ਹੈ ਜਿਸਨੇ ਬੜੇ ਬੜੇ ਦੈਂਤ, ਦੈਂਤ ਕੌਣ ਨੇ, ਤਿੱਤੀ ਦੇ ਗਰਭ ਤੋਂ ਕਸ਼ਪ ਦੀ ਔਲਾਦ, ਇਹ ਪੁਰਾਤਨ ਸਾਖੀਆਂ ਨੇ, ਆਪਣੇ ਕੋਲ ਸਮਾਂ ਨਹੀਂ ਵੀ ਵਿਸਤਾਰ ਕਰੀਏ। ਰਾਕਸ਼ ਬਿਰਤੀ ਵਾਲੇ, ਭੈੜੀ ਬਿਰਤੀ ਵਾਲੇ, ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ, ਜਿੱਥੇ ਦੈਂਤ ਬਣਾਏ ਭੈੜੀ ਬਿਰਤੀ ਵਾਲੇ, ਉੱਥੇ ਦੇਵ ਵੀ ਬਣਾਏ, ਮਹਾਂਪੁਰਸ਼ ਵੀ ਬਣਾਏ, ਕਿਹੜੇ ਜੀ, ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ। ਮੈਂ ਇਸ ਗੱਲ ਸਹਿਮਤ ਨਹੀਂ ਹਾਂ ਇਸ ਗੱਲ ਦੇ ਨਾਲ ਜਿਹੜੇ ਕਹਿ ਦਿੰਦੇ ਨੇ ਵੀ ਸਨਾਤਨ ਹਿੰਦੂ ਮਤ ਦੇ ਦੇਵੀ ਦੇਵਤੇ ਉਹ ਮਿਥਿਹਾਸ ਹੈ, ਝੂਠ ਹੈ। ਉਹ ਸਿੱਧਾ ਗੁਰੂ ਗ੍ਰੰਥ ਸਾਹਿਬ 'ਤੇ ਵਾਰ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮਿੱਥ ਨੂੰ ਮੈਂ ਨਹੀਂ ਮੰਨਦਾ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਮੈਂ ਝੂਠ ਨੂੰ ਨਹੀਂ ਮੰਨਦਾ। ਆਪ ਆਖੇ ਮੈਂ ਝੂਠ ਨੂੰ ਨਹੀਂ ਮੰਨਦਾ, ਝੂਠ ਨਾ ਬੋਲੋ, ਤੇ ਆਪ ਫਿਰ ਝੂਠੀਆਂ ਉਦਾਹਰਨਾਂ ਕਿਉਂ ਦੇ ਰਹੇ ਨੇ। ਥੋੜ੍ਹਾ ਜਿਹਾ ਇਹ ਖਿਆਲ ਰੱਖਿਆ ਕਰੋ ਵੀ ਜੇ ਤੁਸੀਂ ਕਿਸੇ ਦੇ ਧਰਮ ਨੂੰ ਮਿੱਥ ਮਿਥਿਹਾਸ ਕਹੋਗੇ ਤੇ ਕੱਲ੍ਹ ਨੂੰ ਫਿਰ ਸਾਡੇ ਧਰਮ ਨੂੰ ਵੀ ਝੂਠਾ ਕਹਿਣਗੇ। ਇਹਦੇ ਭੱਜਦਿਆਂ ਨੂੰ ਆਣ ਫਿਰ ਇੱਕੋ ਜਿਹੇ ਨੇ। ਜੇ ਪਿਓ ਦਾ ਅਦਬ ਲੈਣਾ ਹੈ ਤੇ ਅਗਲੇ ਦੇ ਪਿਓ ਦਾ ਸਤਿਕਾਰ ਕਰਨਾ ਸਿੱਖ ਲਾ। ਇੱਕ ਬਣੇ ਮਹਾਰਾਜ ਆਖੋ ਤੁਸੀਂ ਵੀ ਮਿੱਥ ਨੂੰ ਮੈਂ ਨਹੀਂ ਮੰਨਦਾ, ਝੂਠ ਨੂੰ ਨਹੀਂ ਮੰਨਦਾ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਝੂਠ ਨਹੀਂ ਮਾਰਨਾ, ਸੱਚ ਬੋਲਣਾ ਹੈ। ਤੁਹਾਡੇ ਬਾਣੀ ਦੇ ਵਿੱਚ ਕ੍ਰਿਸ਼ਨ ਵਿਸ਼ਨ ਦਾ ਜ਼ਿਕਰ ਆਉਂਦਾ ਹੈ, ਸਾਡੇ ਵੀਰ ਮਿਥਿਹਾਸ ਕਹਿ ਦਿੰਦੇ ਨੇ, ਕਹਿੰਦੇ ਬਿਲਕੁਲ ਗਲਤ ਨੇ ਇਹ ਲੋਕ। ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ, ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ। ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਪਰਮਾਤਮਾ ਨੇ ਪੈਦਾ ਕੀਤੇ ਨੇ। ਹੀ ਕ੍ਰੀਏਟਿਡ ਬ੍ਰਹਮਾ ਵਿਸ਼ਨੂੰ ਐਂਡ ਮਹੇਸ਼ਾ, ਉਹਨੇ ਪੈਦਾ ਕੀਤੇ ਨੇ। ਹੂ ਪਰਫੋਰਮ ਦਾ ਫੰਕਸ਼ਨ ਇਨ ਹਿਸ ਵਿਲ, ਹੂ ਪਰਫੋਰਮਸ ਦਾ ਫੰਕਸ਼ਨ ਇਨ ਹਿਸ ਵਿਲ, ਪਰ ਉਹਦੇ ਹੁਕਮ 'ਚ ਹੀ ਚੱਲਦੇ ਨੇ। ਬ੍ਰਹਮਾ ਵਿਸ਼ਨੂੰ ਮਹੇਸ਼ ਉਹਦੇ ਹੁਕਮ 'ਚ ਹੀ ਚੱਲਦੇ ਨੇ। ਹੁਕਮ ਹੋਇਆ ਤੇ ਆ ਗਏ, ਹੁਕਮ ਹੋਇਆ ਤੇ ਚਲੇ ਗਏ, ਪੈਦਾ ਸਾਰੇ ਉਸਦੇ ਕੀਤੇ ਨੇ। ਕਹਿੰਦੇ ਦੇਖੋ ਦੇਵਤੇ ਉਹਨੇ ਬਣਾਏ, ਦੈਂਤ ਉਸਨੇ ਬਣਾਏ, ਦਿਸ਼ਾ ਨੌਰਥ ਈਸਟ ਵੈਸਟ ਸਾਊਥ ਪੂਰਬ ਪੱਛਮ ਦੱਖਣ ਅੱਧ, ਇਹ ਜਿਹੜੀਆਂ ਦਿਸ਼ਾ ਨੇ ਉਸਨੇ ਪੈਦਾ ਕੀਤੀਆਂ ਨੇ, ਚਾਰੇ ਦਿਸ਼ਾ ਉਸ ਦੀਆਂ ਪੈਦਾ ਕੀਤੀਆਂ ਹਨ। ਦਿਸ਼ਾ ਚੌਵਾਂ ਦਿਸ਼ਾ ਦੇ ਜਿਹੜੇ ਤ੍ਰਿਕੋਣ ਨੇ ਜਿਹਨੂੰ ਉਪ ਦਿਸ਼ਾ ਕਹਿੰਦੇ ਹੋ, ਇਹ ਚਾਰ ਤੇ ਚਾਰ ਅੱਠ ਹੋ ਗਈਆਂ। ਇਹ ਦਿਸ਼ਾ ਤੇ ਵਿਦਿਸ਼ਾ ਦੇਵ ਤੇ ਦੈਂਤ ਉਸਨੇ ਕੀਤੇ ਨੇ। ਜਿਹੇ ਕੀਨ ਸਰਬ ਪਸਾਰ, ਇਹ ਸਾਰਾ ਹੀ ਪਸਾਰਾ ਉਸ ਖੁਦਾ ਦਾ ਕੀਤਾ ਹੋਇਆ ਹੈ। ਏਡਾ ਵੱਡਾ ਹੈ, ਉਹਦਾ ਕੀ ਅੰਤ ਆਵੇਗਾ, ਉਹਦੀ ਰਚਨਾ ਦਾ ਹੀ ਅੰਤ ਨਹੀਂ ਦੁਨੀਆਂ ਤੇ ਸਾਨੂੰ ਲੱਭ ਰਿਹਾ। ਮਹਾਰਾਜ ਆਖਣ ਲੱਗੇ ਕੌਣ ਉਪਮਾ ਤੌਣ ਕੋ ਮੁਖ ਲੇਤ ਨਾਮ ਮੁਰਾਰ। ਜਿਹਨੇ ਲੱਖਾਂ ਦੇਵਤੇ ਪੈਦਾ ਕੀਤੇ, ਲੱਖਾਂ ਦੈਂਤ ਪੈਦਾ ਕੀਤੇ, ਲੱਖਾਂ ਦੈਂਤਾਂ ਦਾ ਸੰਘਾਰ ਕੀਤਾ, ਉਹਦੇ ਲਈ ਮੁਰਾਰੀ ਲਫ਼ਜ਼ ਵਰਤਦੇ ਹੋ ਤੇ ਸਮਝਦੇ ਹੋ ਵੀ ਸ਼ਾਇਦ ਮੁਰਾਰ ਲਫ਼ਜ਼ ਵਰਤਿਆਂ ਉਹਦੀ ਬੜੀ ਉਪਮਾ ਹੋਵੇਗੀ। ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ, ਮੁਰਾਰੀ ਕੀ ਹੈ। ਮੁਰ ਦੈਂਤ ਨੂੰ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਮਾਰਿਆ ਸੀ, ਉਹਨਾਂ ਦਾ ਨਾਮ ਪਿਆ ਮੁਰਾਰੀ। ਉਹ ਕਹਿੰਦੇ ਇੱਕ ਦੈਂਤ ਨੂੰ ਮਾਰਨ ਵਾਲਾ ਤੁਸੀਂ ਰੱਬ ਬਣਾ ਦਿੱਤਾ, ਜਿਹਨੇ ਲੱਖਾਂ ਦੈਂਤ ਮਾਰੇ ਨੇ ਉਹ ਕਿੱਡਾ ਹੋਵੇਗਾ, ਉਹਦੀ ਕਿੱਡੀ ਬਰਕਤ ਹੋਵੇਗੀ ਜਿਹੜਾ ਲੱਖਾਂ ਦਾ ਮਾਲਕ ਹੈ, ਜਿਹੜਾ ਲੱਖਾਂ ਨੂੰ ਪੈਦਾ ਕਰਕੇ ਮਾਰਨ ਵਾਲਾ ਹੈ, ਉਹ ਕਿੱਡਾ ਮਹਾਨ ਪੁਰਸ਼ ਹੋਵੇਗਾ। ਔਰ ਐਸੇ ਕਿੰਨੇ ਅਵਤਾਰ ਦੇਵੀ ਦੇਵਤੇ ਉਸਨੇ ਭੇਜੇ ਨੇ, ਸਾਜਦਾ ਹੈ, ਥਾਪਦਾ ਹੈ, ਗਣਨ ਭੰਜਨਹਾਰ ਫਿਰ ਖਤਮ ਕਰ ਦਿੰਦਾ ਹੈ। ਅਸੀਂ ਹਰੇਕ ਨੂੰ ਪਰਮਾਤਮਾ ਨਾ ਬਣਾਈਏ, ਪਰਮਾਤਮਾ ਦੀ ਹਸਤੀ ਬੜੀ ਵੱਡੀ ਹੈ। ਮੁਰਾਰੀ ਨਾਮ ਲੈ ਦਿੱਤਾ, ਇੱਕ ਨਾਮ ਨਾਲ ਉਹਦਾ ਅੰਤ ਨਹੀਂ ਆਵੇਗਾ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ,
ਬਰਣਤ ਸੁਮਤ ਕਲਗੀਧਰ ਕਹਿੰਦੇ ਮੈਂ ਵੀ ਤੇਰੇ ਨਾਂ ਜਾਪ ਸਾਹਿਬ ਵਿੱਚ ਬੇਅੰਤ ਲਿਖਣ ਲੱਗਾ ਹਾਂ, ਪਰ ਇਹ ਵੀ ਤੇਰਾ ਅੰਤ ਨਹੀਂ ਹੈ। ਤਵ ਸਰਬ ਨਾਮ ਕਥੈ ਕਵਨ, ਕੋਈ ਵੀ ਤੇਰੇ ਸਾਰੇ ਨਾਮ ਨਹੀਂ ਦੱਸ ਸਕਦਾ। ਕੋਈ ਵੱਡੀ ਗੱਲ ਨਹੀਂ ਹੈ, ਉਹਨੂੰ ਮੁਰਾਰੀ ਕਹਿ ਦਿੱਤਾ ਜੀ ਕਹਿੰਦੇ। ਗੁਰੂ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਨੇ, ਰਾਗ ਬਿਲਾਵਲ ਪਾਤਸ਼ਾਹੀ ਦਸਵੀਂ ਸੋ ਕਿਮ ਮਾਨਸ ਰੂਪ ਕਹਾਏ। ਵੇਖੋ ਇੱਕ ਦਾ ਹੀ ਉਪਦੇਸ਼ ਹੈ, ਬੰਦੇ ਚੋਂ ਕੱਢ ਕੇ ਨਿਰਗੁਣ ਨਾਲ ਜੋੜ ਰਹੇ ਨੇ, ਸਰਗੁਣ ਦੇ ਰਾਹੀਂ ਨਿਰਗੁਣ ਨਾਲ ਜੋੜ ਰਹੇ ਨੇ। ਅਤੇ ਸਨਾਤਨ ਮਤ ਜਿਹੜਾ ਹੈ ਉਹ ਸਰਗੁਣ ਨਾਲ ਜੋੜਦਾ ਹੈ, ਮੂਰਤਾਂ ਦੇਵਤਿਆਂ ਨਾਲ ਜੋੜਦੇ ਨੇ ਬ੍ਰਾਹਮਣ ਲੋਕ। ਅਤੇ ਜਿਹੜੇ ਕਹਿ ਦਿੰਦੇ ਸਨਾਤਨ ਮਤੀਆਂ ਦੀ ਰਚਨਾ ਹੈ ਗੁਰੂ ਗੁਰੂ ਗੋਬਿੰਦ ਸਿੰਘ ਦੀ ਬਾਣੀ ਦਸਮ ਗ੍ਰੰਥ, ਉਹ ਹੁਣ ਥੋੜ੍ਹਾ ਜਿਹਾ ਜਵਾਬ ਵੀ ਤਾਂ ਦਿਆ ਕਰਨਾ ਵੀ ਦੱਸੋ ਤੁਹਾਨੂੰ ਕੀ ਲੱਗਾ ਇਹਦੇ 'ਚ ਸਨਾਤਨ ਮਤ ਵਾਲਾ। ਦੇਵਤਿਆਂ ਤੋਂ ਸਰਗੁਣ ਤੋਂ ਲਹਿਦਾ ਪਾਤਸ਼ਾਹ ਨਿਰਗੁਣ ਨਾਲ ਜੋੜ ਰਹੇ ਨੇ, ਤੁਸੀਂ ਦਸਾਂ ਸ਼ਬਦਾਂ 'ਚੋਂ ਇਹ ਅੱਠਵਾਂ ਸ਼ਬਦ ਸੁਣਨ ਲੱਗੇ, ਉਹ ਕਿਤੇ ਵੀ ਮਹਿਸੂਸ ਹੋਵੇ ਤਾਂ ਤੁਹਾਡੇ ਚਰਨਾਂ 'ਚ ਦਾਸ ਹਾਜ਼ਰ ਹੈ, ਤੁਸੀਂ ਪੁੱਛ ਸਕਦੇ ਹੋ ਵੀ ਇਹ ਕਿਉਂ ਲਿਖਿਆ ਹੈ। ਔਰ ਜੋ ਲਿਖਿਆ ਹੈ ਦਸਮ ਵਿੱਚ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ 'ਚੋਂ ਕੱਢ ਕੇ ਵਿਖਾ ਸਕਦੇ ਹੈ, ਉੱਥੇ ਵੀ ਲਿਖਿਆ ਮਿਲੇਗਾ ਤੁਹਾਨੂੰ। ਇਸੇ ਕਰਕੇ ਹੀ ਦਸਮ ਬਾਣੀ ਦੀ ਹਰ ਪੰਕਤੀ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਲੈ ਕੇ ਚੱਲਦੇ ਹਾਂ ਵੀ ਕੱਲ੍ਹ ਨੂੰ ਕੋਈ ਤਰਕ ਨਾ ਕਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਹੀ ਸਭ ਦੇ ਮਾਲਕ ਨੇ, ਉਹਨਾਂ ਦੀ ਛਤਰ ਛਾਇਆ ਵਿੱਚ ਹੀ ਅਸੀਂ ਚੱਲਣਾ ਹੈ। ਇੱਥੇ ਪਾਤਸ਼ਾਹ ਕੀ ਕਹਿੰਦੇ ਨੇ, ਸੋ ਕਿਮ ਮਾਨਸ ਰੂਪ, ਤੁਸੀਂ ਬੰਦਾ ਬਣਾਤਾ ਜੇ ਰੱਬ ਨੂੰ, ਤੁਸੀਂ ਕਹਿੰਦੇ ਜੇ ਨਿਰਾ ਹੀ ਸਰਗੁਣ ਹੈ, ਨਿਰਗੁਣ ਹੈ ਹੀ ਨਹੀਂ ਹੈ। ਕਹਿੰਦੇ ਫਿਰ ਮੈਨੂੰ ਜਵਾਬ ਦਿਓ ਹੁਣ, ਸੋ ਕਿਮ ਮਾਨਸ ਰੂਪ ਕਹਾਏ, ਸਿੱਧ ਸਮਾਧ ਸਾਧ ਕਰ ਹਾਰੇ, ਕਿਉਂ ਹੁਣ ਦੇਖਣ ਪਾਏ। ਬੰਦਾ ਤੇ ਸਾਰਿਆਂ ਨੂੰ ਦਿਖਦਾ ਹੈ, ਬੰਦਾ ਸਾਰਿਆਂ ਨੂੰ ਦਿਖਦਾ ਹੈ, ਤੁਸੀਂ ਬੰਦਾ ਬਣਾ ਦਿੱਤਾ ਰੱਬ ਨੂੰ ਵੀ ਬਸ ਇਹੀ ਹੈ, ਰੱਬ ਕੋਈ ਹੈ ਹੀ ਨਹੀਂ, ਇਹੀ ਦੁਨੀਆ ਹੈ, ਬੰਦਾ ਚੰਗਾ ਕਰਮ ਕਰੇ, ਰੱਬ ਕੋਈ ਹੈ ਹੀ ਨਹੀਂ। ਅੱਜ ਹਰ ਬੰਦਾ ਜਿਹਨੂੰ ਚਾਰ ਸੁਣ ਲੈਣ ਉਹੀ ਰੱਬ ਬਣਿਆ ਬੈਠਾ ਹੈ। ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ, ਸਾਰੇ ਹੀ ਰੱਬ ਬਣੇ ਬੈਠੇ ਨੇ। ਮਹਾਰਾਜ ਕਹਿੰਦੇ ਨੇ ਬੰਦਾ ਤੇ ਸਾਰਿਆਂ ਨੂੰ ਦਿਖਦਾ ਹੈ, ਪਰ ਰੱਬ ਸਾਰਿਆਂ ਨੂੰ ਦਿਖਦਾ ਕਿਉਂ ਨਹੀਂ ਹੈ ਫਿਰ, ਜੇ ਬੰਦਾ ਹੀ ਰੱਬ ਹੈ। ਕਹਿੰਦੇ ਰੱਬ ਤੇ ਸਾਰਿਆਂ ਨੂੰ ਦਿਖਦਾ ਹੀ ਨਹੀਂ ਹੈ, ਤੁਸੀਂ ਕਹਿੰਦੇ ਆ ਮਾੜੇ ਮੋਟਿਆਂ ਦੀ ਗੱਲ ਛੱਡੋ, ਆਮ ਬੰਦੇ ਨੂੰ ਤੇ ਕਹਿੰਦੇ ਕੀ ਦਿਖੇਗਾ। ਤੁਹਾਨੂੰ ਮੈਂ ਦੱਸ ਦਵਾਂ, ਉਹ ਏਡੀ ਅਮੁੱਲੀ ਵਸਤੂ ਹੈ, ਉਹਦੀ ਯਾਦ ਵਿੱਚ ਬੜੇ ਬੜੇ ਚੌਂਕੜੇ ਲਾਉਣ ਵਾਲੇ, ਸਿੱਧ ਸਮਾਧ ਸਾਧ ਕਰ ਹਾਰੇ, ਕਿਉਂ ਹੁਣ ਦੇਖਣ ਪਾਏ। ਬੜੇ ਬੜੇ ਸਿੱਧ ਕਰਾਮਾਤੀ ਲੋਕ ਸਮਾਧੀਆਂ ਲਾਲਾ ਥੱਕ ਗਏ, ਬੜੇ ਬੜੇ ਸਾਧ ਸਮਾਧੀਆਂ ਲਾਲਾ ਥੱਕ ਗਏ, ਕਿਸੇ ਦੇ ਵੇਖਣ 'ਚ ਹੀ ਨਾ ਆਇਆ, ਉਹ ਕਿਤੇ ਸੌਖਾ ਥੋੜ੍ਹੀ ਦਿਖਦਾ ਹੈ। ਫਰੀਦ ਜੀ ਦੀ ਏਡੀ ਲੰਮੀ ਸਮਾਧੀ 'ਤੇ ਕਿਸੇ ਨੇ ਪੁੱਛਿਆ ਫਰੀਦ ਜੀ ਰੱਬ ਮਿਲਿਆ ਏ, ਤੇ ਬਾਬਾ ਫਰੀਦ ਜੀ ਦਾ ਜਵਾਬ ਸੀ ਜਦੋਂ ਹਜੇ ਬ੍ਰਹਮ ਵੇਤੇ ਭਗਤ ਨਹੀਂ ਸਨ ਬਣੇ, ਭਗਤ ਬਣ ਗਏ ਤੇ ਰੱਬ ਦਿਖ ਗਿਆ, ਭੇਦ ਹੋ ਗਏ। ਕਹਿੰਦੇ ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ, ਤੇ ਤੁਸੀਂ ਬੰਦੇ ਨੂੰ ਹੀ ਰੱਬ ਬਣਾਤਾ, ਉਹ ਤੇ ਹਰ ਇੱਕ ਨੂੰ ਦਿਖ ਰਿਹਾ ਹੈ। ਮਹਾਰਾਜ ਪਾਤਸ਼ਾਹ ਆਖਣ ਲੱਗੇ ਬੜੇ ਬੜੇ ਹਾਰ ਗਏ ਨੇ, ਨਹੀਂ ਖੇਡ ਖੇਡੀ ਗਈ, ਨਹੀਂ ਦਿਦਾਰੇ ਪਾ ਸਕੇ ਉਸ ਖੁਦਾ ਦੇ। ਇਉਂ ਮਹਾਰਾਜ ਆਖਣ ਲੱਗੇ, ਰਹਾਓ ਨਾਰਦ ਬਿਆਸ ਪਰਾਸਰ ਧਰੂਸੇ ਧਿਆਵਤ ਧਿਆਨ ਲਗਾਏ। ਕਹਿੰਦੇ ਬੜੇ ਬੜੇ ਸਿੱਧ ਨਹੀਂ ਪਾ ਸਕੇ, ਬੜੇ ਬੜੇ ਕਰਾਮਾਤੀ ਉਸਨੂੰ ਨਹੀਂ ਪਾ ਸਕੇ, ਬੜੇ ਬੜੇ ਮਹਾਂਪੁਰਸ਼ ਉਸਨੂੰ ਨਹੀਂ ਪਾ ਸਕੇ, ਪਰ ਜਾਰੀ ਹੈ, ਦੌੜ ਜਾਰੀ ਹੈ। ਆਪਾਂ ਵੀ ਤਾਂ ਨਿਤਨੇਮ ਪਾਉਣ ਲਈ ਕਰਦੇ ਹਾਂ, ਗੁਰੂ ਨਾਨਕ ਨੂੰ ਬੈਠੇ ਨੇ ਸਾਰੇ, ਯਤਨ ਸਾਰੇ ਕਰ ਰਹੇ ਨੇ, ਪਰ ਸੌਖਾ ਨਹੀਂ ਪਾਇਆ ਜਾਂਦਾ। ਉਹ ਭਲਿਓ ਰੱਬ ਦੇ ਦਿਦਾਰੇ ਕਰਨ ਲਈ ਬੜੇ ਬੜੇ ਸਮਾਧੀਆਂ ਲਾ ਕੇ ਥੱਕ ਗਏ, ਤੁਸੀਂ ਹਰ ਹਰ ਮਿੱਟੀ ਦੇ ਪੁਤਲੇ ਨੂੰ ਰੱਬ ਬਣਾ ਦਿੰਦੇ ਹੋ। ਰੱਬ ਦੇ ਵਿੱਚ ਗੁਣ ਬੜੇ ਨੇ, ਰੱਬ ਨੂੰ ਦੁੱਖ ਸੁੱਖ ਛੂਹ ਨਹੀਂ ਸਕਦੇ, ਬੰਦਾ ਦੁੱਖਾਂ ਸੁੱਖਾਂ ਦਾ ਬੱਝਾ ਹੋਇਆ ਹੈ, ਰੱਬ ਦੇ ਦੁੱਖ ਸੁੱਖ ਨੇੜੇ ਨਹੀਂ ਫੜਕਦਾ। ਨਾ ਸੁੱਖ ਵਿੱਚ ਤੁਸੀਂ ਆਖੋ ਵੀ ਉਹਨੂੰ ਖੁਸ਼ੀ ਬਹੁਤੀ ਹੈ, ਦੁੱਖ ਵਿੱਚ ਉਹ ਰੋਂਦਾ ਹੈ, ਨਹੀਂ, ਇੱਕ ਸਮਾਨ ਬਿਰਤੀ ਹੈ, ਆਨੰਦ ਵਿੱਚ ਰਹਿੰਦਾ ਹੈ।
ਉਹਨੂੰ ਕੋਈ ਜਿੱਤ ਨਹੀਂ ਸਕਦਾ, ਉਹਨੂੰ ਕੋਈ ਹਰਾ ਨਹੀਂ ਸਕਦਾ। ਅਸੀਮ ਤਾਕਤਾਂ ਦਾ ਮਾਲਕ ਹੈ, ਲੱਖਾਂ ਕੋਲੋਂ ਚੁੱਕ ਨਹੀਂ ਸਕਦਾ। ਏਡਾ ਵੱਡਾ ਰੱਬ ਹੈ, ਤੁਸੀਂ ਹਰ ਇੱਕ ਨੂੰ ਰੱਬ ਬਣਾ ਦਿੰਦੇ ਹੋ। ਬੰਦਾ ਤੇ ਦਰ ਦਰ ਤੇ ਝੁਕਦਾ ਹੈ, ਤੁਸੀਂ ਹਰ ਇੱਕ ਨੂੰ ਨਾ ਝੁਕਣ ਵਾਲੇ। ਰੱਬ ਦਾ ਜੋ ਲਕਬ ਹੈ ਹਰ ਇੱਕ ਨੂੰ ਦੇ ਰਹੇ ਹੋ ਵੀ ਆਹ ਵੀ ਰੱਬ ਹੈ, ਆਹ ਵੀ ਰੱਬ ਹੈ, ਆਹ ਵੀ ਰੱਬ ਹੈ। ਰੱਬ ਜ਼ਿਆਦੇ ਹੋ ਗਏ ਤੇ ਬੰਦੇ ਘੱਟ ਗਏ ਨੇ ਦੁਨੀਆਂ ਦੇ। ਉਹ ਬੜੇ ਬੜੇ ਦੇਵਤੇ ਕੀ ਉਹਦੇ ਚਰਨਾਂ ਵਿੱਚ ਝੁਕਦੇ ਨੇ, ਕਹਿੰਦੇ ਆ ਉਹ ਦੱਸਾਂ ਹੋਰ ਵੱਡੀਆਂ ਤਾਕਤਾਂ ਜੋ ਰੱਬ ਨੂੰ ਖੋਜ ਰਹੀਆਂ ਨੇ। ਪਾਇਆ ਤੇ ਹੈ, ਹੋ ਸਕਦਾ ਉਹਨਾਂ ਦਿਦਾਰੇ ਕਰ ਲਏ ਹੁਣ, ਪਰ ਅੰਤ ਉਹਨਾਂ ਕੋਲੋਂ ਵੀ ਨਹੀਂ ਪਿਆ। ਕਬੀਰ ਜੀ ਕਹਿੰਦੇ ਪਾ ਤੇ ਲਿਆ ਮੈਂ, ਅਬ ਤੋ ਜਾਏ ਚੜ੍ਹੇ ਸਿੰਘਾਸਣ, ਬਹਿ ਤੇ ਗਿਆ ਉਹਦੇ ਸਿੰਘਾਸਣ ਤੇ, ਪਰ ਅੰਤ ਮੈਥੋਂ ਵੀ ਨਹੀਂ ਪੈਂਦਾ ਉਹਦਾ। ਗੁਰੂ ਪਾਤਸ਼ਾਹ ਆਖਣ ਲੱਗੇ, ਨਾਰਦ ਬਿਆਸ ਪਰਾਸਰ ਧਰੂਸੇ ਧਿਆਵਤ ਧਿਆਨ ਲਗਾਏ। ਬੜੇ ਬੜੇ ਨਾਰਦ ਮੁਨ ਵਰਗੇ ਮਹਾਂਪੁਰਸ਼, ਬਿਆਸ ਤੋਂ ਵੱਡਾ ਕਹਿੰਦੇ ਕੋਈ ਵਿਦਵਾਨ ਗਿਆਨੀ ਨਹੀਂ ਹੋਇਆ। ਬੜੇ ਬੜੇ ਗਿਆਨੀ ਮਹਾਂਪੁਰਸ਼, ਪਰਾਸਰ ਵਰਗੇ ਜਿਹੜੇ ਮਹਾਂਪੁਰਸ਼ ਸਨ, ਪਰਾਸ਼ਰ ਰਿਸ਼ੀ ਵਰਗੇ ਤੇ ਧਰੂ ਵਰਗੇ ਜਿਹੜੇ ਭਗਤ ਸਨ, ਧਿਆਵਤ ਧਿਆਨ ਲਗਾਏ, ਬੜਾ ਧਿਆਨ ਲਾ ਕੇ ਉਹਦੀ ਯਾਦ ਵਿੱਚ ਬੈਠੇ ਰਹੇ। ਵੇਦ ਪੁਰਾਣ ਹਾਰ ਹੱਠ ਛਾਡਿਓ ਤਦ ਪੁੱਤ ਧਿਆਨ ਨਾ ਆਏ। ਕਹਿੰਦੇ ਵੇਦਾਂ ਨੇ ਵੀ ਧਿਆਨ ਲਾਇਆ, ਸਭ ਤੋਂ ਪੁਰਾਤਨ ਤੇ ਵੱਡੇ ਧਾਰਮਿਕ ਗ੍ਰੰਥ ਨੇ, ਵੱਡੀ ਰਚਨਾ ਹੈ। ਕਹਿੰਦੇ ਉਹਨਾਂ ਨੇ ਵੀ ਧਿਆਨ ਲਗਾਇਆ, ਉਹਨਾਂ ਨੇ ਵੀ ਯਤਨ ਕੀਤੇ। ਉੱਚ ਕੋਟੀ ਦੇ ਮਹਾਂਪੁਰਸ਼ ਨਾਰਦ ਬਿਆਸ ਪਰਾਸਰ ਰਿਸ਼ੀ ਧਰੂ ਸਾਰਿਆਂ ਨੇ ਉਹਦਾ ਧਿਆਨ ਲਗਾਇਆ। ਵੇਦਾਂ ਸ਼ਾਸਤਰਾਂ ਨੇ ਉਹਦਾ ਧਿਆਨ ਲਗਾਇਆ, ਜਾਂ ਵੇਦਾਂ ਸ਼ਾਸਤਰਾਂ ਦੇ ਰਾਹੀਂ ਬੜੇ ਬੜੇ ਰਿਖੀਆਂ ਮੁਨੀਆਂ ਨੇ ਚੌਂਕੜੇ ਲਾਏ, ਉਹਦਾ ਧਿਆਨ ਲਗਾਇਆ, ਪਰ ਅੰਤ ਨੂੰ ਜ਼ੁਬਾਨ ਚੋਂ ਇਹੀ ਨਿਕਲਿਆ, ਨੇਤ ਨੇਤ ਕਥੰਤ ਬੇਦਾ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੇਰਾ ਅੰਤ ਰਿਸ਼ੀਆਂ ਮੁਨੀਆਂ ਭਗਤਾਂ ਸੰਤਾਂ ਕੋਲੋਂ ਵੀ ਨਹੀਂ ਆ ਸਕਿਆ। ਏਡੀ ਅਸੀਮ ਤਾਕਤ ਹੈ ਤੇ ਤੁਸੀਂ ਇੱਕ ਅਲਪੱਗ ਬੰਦੇ ਨੂੰ ਰੱਬ ਬਣਾਤਾ ਜੇ, ਨੇਤ ਨੇਤ ਕਹਿਣਾ ਪੈ ਗਿਆ। ਅਸ਼ਚਰਜ ਰੂਪ ਵੇਖ ਕੇ ਖੁਦਾ ਦਾ ਵੇਦਾਂ ਨੂੰ ਵੀ ਨੇਤ ਨੇਤ ਕਹਿਣਾ ਪੈ ਗਿਆ। ਅੱਗੇ ਮਹਾਰਾਜ ਕੀ ਕਹਿੰਦੇ ਨੇ, ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ, ਅਖੀਰ ਵੇਦਾਂ ਨੇ ਅਸ਼ਚਰਜ ਰੂਪ ਬਿਆਨ ਕੀਤਾ, ਭਗਤਾਂ ਨੇ ਅਸ਼ਚਰਜ ਰੂਪ ਬਿਆਨ ਕੀਤਾ, ਧਿਆਨ ਵਿੱਚ ਕਿਸੇ ਦੇ ਉਹ ਆਉਂਦਾ ਨਹੀਂ ਹੈ। ਬੜੀ ਵੱਡੀ ਤਾਕਤ ਹੈ, ਵੱਡੇ ਵੱਡੇ ਚੌਂਕੜੀਆਂ ਲਾ ਕੇ ਜਨਮਾਂ ਜਨਮਾਂਤਰਾਂ ਦੀ ਖੇਡ ਸੀ, ਥੱਕ ਗਏ ਪਰ ਪਾ ਨਾ ਸਕੇ। ਸੂਸ਼ਮ ਤੇ ਸੂਸ਼ਮ ਕਰ ਚੀਨੇ, ਬ੍ਰਿੰਦਨ ਬ੍ਰਿਧ ਬਤਾਏ। ਕਹਿੰਦੇ ਕੀ ਦੱਸੀਏ, ਵੇਦਾਂ ਸ਼ਾਸਤਰਾਂ ਭਗਤਾਂ ਨੇ ਆਖਿਆ ਬਹੁਤਾ ਵੱਡਾ ਹੈ, ਗਿਆਨ ਦੇ ਕੁਜੇ ਵਿੱਚ ਨਹੀਂ ਟਿਕੇਗਾ, ਸੁਰਤੀ ਦੇ ਕੁਜੇ ਵਿੱਚ ਨਹੀਂ ਟਿਕੇਗਾ, ਵੱਡਾ ਸਮੁੰਦਰ ਹੈ। ਤੇ ਕੁਝ ਐਸੇ ਸਨ ਜਿਨ੍ਹਾਂ ਨੇ ਆਖਿਆ ਸੂਸ਼ਮ ਬੜਾ ਹੈ, ਜੇ ਅੱਖਾਂ ਨੂੰ ਦਿਖਦਾ ਨਹੀਂ ਇਹਦਾ ਮਤਲਬ ਬਹੁਤਾ ਹੀ ਛੋਟਾ ਹੋਵੇਗਾ। ਬ੍ਰਿੰਦਨ ਬਹੁਤਾ ਵੱਡਾ ਹੈ, ਘੇਰੇ ਵਿੱਚ ਨਹੀਂ ਆ ਰਿਹਾ, ਬ੍ਰਹਿਮੰਡ ਤੋਂ ਵੀ ਬਾਹਰ ਹੈ, ਪਾਰ ਬ੍ਰਹਮ ਹੈ, ਸਭ ਤੋਂ ਪਾਰ ਹੈ ਉਹ। ਤੇ ਸੂਖਮ ਬਰੀਕ ਤੋਂ ਬਰੀਕ ਹੈ, ਉਹ ਬਹੁਤਾ ਛੋਟਾ ਹੈ, ਦਿਖਦਾ ਨਹੀਂ ਹੈ, ਕਹਿ ਹੀ ਸਕਦੇ ਨੇ ਤੋ ਰੱਬ ਦਿਖਦਾ ਨਹੀਂ ਹੈ, ਤੇ ਬਹੁਤਾ ਸੂਖਮ ਹੋਵੇਗਾ, ਬਹੁਤਾ ਛੋਟਾ ਹੋਵੇਗਾ, ਬਹੁਤਾ ਨਿੱਕਾ ਹੋਵੇਗਾ, ਧਿਆਨ ਦਿਓ। ਗੁਰੂ ਪਾਤਸ਼ਾਹ ਇੱਥੇ ਆਖਣ ਲੱਗੇ, ਸੂਸ਼ਮ ਕਰ ਚੀਨੇ, ਸੂਸ਼ਮ ਤੇ ਸੂਸ਼ਮ ਬੜਾ ਨਿੱਕਾ ਹੈ। ਕੁਝ ਦੁਨੀਆਂ ਤੇ ਐਸੇ ਲਿਵਿੰਗ ਬੀਂਗਸ ਨੇ, ਖੁਦਾ ਦੇ ਪੈਦਾ ਕੀਤੇ ਜੀਵ ਨੇ, ਜਿਹੜੇ ਅੱਖਾਂ ਦਾ ਵਿਸ਼ਾ ਨਹੀਂ। ਉਹ ਕੀ ਨੇ, ਸਾਇੰਸ ਵਿੱਚ ਆ ਜਾਓ, ਐਟਮ, ਐਟਮਸ, ਨਿਊਕਲੀਅਰ, ਪੰਜਾਬੀ 'ਚ ਆਪਾਂ ਅਣੂ ਪਰਮਾਣੂ ਕਹਿ ਦਿੰਦੇ, ਇੰਗਲਿਸ਼ ਵਿੱਚ ਬੈਕਟੀਰੀਆ ਕਹਿ ਦਿੰਦੇ ਨੇ, ਨਿਊਟ੍ਰੋਨਸ, ਪ੍ਰੋਟੋਨਸ, ਉਹ ਨਹੀਂ ਦਿਖਦੇ ਅੱਖਾਂ ਨੂੰ। ਹਾਂ, ਕਈ ਮਾਈਕਰੋਸਕੋਪ ਐਸੀਆਂ ਦੂਰਬੀਨਾਂ ਨੇ ਜਿਨ੍ਹਾਂ ਨਾਲ ਵੇਖ ਸਕਦੇ ਹਾਂ। ਕਹਿੰਦੇ ਉਹ ਤਾਂ ਦਿਖ ਗਏ ਨਾ ਤੁਹਾਨੂੰ ਦੂਰਬੀਨਾਂ ਨਾਲ, ਪਰ ਖੁਦਾ ਏਡਾ ਸੂਖਮ ਹੈ, ਜਾਓ ਕੋਈ ਦੂਰਬੀਨ ਬਣੀ ਨਹੀਂ ਜਿਹਦੇ ਨਾਲ ਵੇਖ ਲਓ ਉਹਨੂੰ, ਉਹ ਨਹੀਂ ਦਿਖੇਗਾ। ਉਹ ਤੇ ਭਾਵਨਾ ਹੋਵੇ, ਭਾਵਨਾ ਦੀਆਂ ਅੱਖਾਂ ਨਾਲ। ਨਾਮਦੇਵ ਜੀ ਕਹਿੰਦੇ ਮੈਂ ਵੇਖਿਆ ਹੈ, ਧੰਨਾ ਜੀ ਬਾਬਾ ਧੰਨਾ ਜੀ ਮਹਾਂਪੁਰਸ਼ ਕਹਿੰਦੇ, ਧੰਨੇ ਧੰਨ ਪਾਇਆ ਧਰਨੀ ਧਰ, ਮੈਂ ਵੇਖਿਆ ਹੈ।
ਆਮ ਅੱਖਾਂ ਉਹਨੂੰ ਵੇਖ ਨਹੀਂ ਸਕਦੀਆਂ। ਜਿਵੇਂ ਨਿਊਟ੍ਰੋਨਸ, ਪ੍ਰੋਟੋਨਸ, ਆਈਟਮਸ, ਮੋਲੀਕਿਊਲਸ, ਇਹਨਾਂ ਨੂੰ ਅਣੂ ਪਰਮਾਣੂਆਂ ਨੂੰ ਆਮ ਅੱਖਾਂ ਨਹੀਂ ਵੇਂਹਦੀਆਂ, ਇੱਕ ਖਾਸ ਅੱਖ ਮਾਈਕਰੋਸਕੋਪ ਵੇਂਹਦਾ ਏ। ਇਉਂ ਸਾਡੀਆਂ ਅੱਖਾਂ ਖੁਦਾ ਨੂੰ ਨਹੀਂ ਵੇਖ ਪਾਈਆਂ, ਖਾਸ ਅੱਖ ਹੈ ਭਗਤਾਂ ਦੀ ਜਿਹੜੀ ਵੇਹ ਲੈਂਦੀ ਹੈ। ਇੱਥੇ ਪਾਤਸ਼ਾਹ ਆਖਣ ਲੱਗੇ, ਮਹਾਰਾਜ ਦਾ ਹੁਕਮ ਹੈ, ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ। ਬੜੇ ਬੜੇ ਦਾਨਵ ਦੇਵ ਜਿਹੜੇ ਸਨ ਉਹਦੀ ਯਾਦ ਵਿੱਚ ਬੈਠੇ ਹੋਏ ਸਨ। ਪਿਚਾਸ, ਪਿਸ਼ਿਤ, ਪਿਸ਼ਿਤ ਕਹਿੰਦੇ ਨੇ ਮਾਸ ਨੂੰ, ਪਿਸ਼ਿਤ ਅਚ, ਪਿਸਾਚ, ਪਿਸ਼ਿਤ ਪਲੱਸ ਅਚ, ਅਚਣ ਵਾਲੇ, ਮਾਸ ਖਾਣ ਵਾਲੇ, ਜੋ ਇਹ ਖਾਸ ਸ਼੍ਰੇਣੀ ਹੈ ਦੇਵਤਿਆਂ 'ਚ। ਐਸੇ ਐਸੇ ਜਿਹੜੇ ਪਿਸਾਚ ਸਨ, ਐਸੇ ਐਸੇ ਜਿਹੜੇ ਦੇਵ ਸਨ, ਭੂਤ ਪ੍ਰੇਤ ਸਨ, ਤੇ ਨੇਤ ਹੈ ਨੇਤ ਕਹਾਏ, ਉਹਨਾਂ ਨੇ ਵੀ ਨੇਤ ਨੇਤ ਬੇਅੰਤ ਬੇਅੰਤ ਕਹਿ ਕੇ ਖੁਦਾ ਨੂੰ ਵਡਿਆਉਣਾ ਕੀਤਾ ਹੈ, ਅੰਤ ਨਹੀਂ ਪਾ ਸਕੇ। ਅੱਛਾ, ਪਿਸਾਚ ਸ਼ਬਦ ਭੂਤਾਂ ਲਈ ਹੈ, ਪ੍ਰੇਤ ਸ਼ਬਦ ਭੂਤਾਂ ਲਈ ਹੈ, ਹੁੰਦੇ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਹੁੰਦੇ ਨਹੀਂ ਹੈ। ਕਈ ਕੋਟ ਜਖਿਆ ਕਿੰਨਰ ਪਿਸਾਚ, ਕਹਿੰਦੇ ਕਰੋੜਾਂ ਨੇ, ਇੱਕ ਥੋੜ੍ਹੀ ਹੈ। ਕਈ ਕੋਟ ਭੂਤ ਪ੍ਰੇਤ ਸ਼ੂਕਰ ਬ੍ਰਿਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਿਸੇ ਦੇ ਨੇੜੇ ਹੈ, ਕਿਸੇ ਦੇ ਦੂਰ ਹੈ, ਅੰਤਰੀਵਰਤ ਸਮਝਿਓ। ਕਹਿੰਦੇ ਭੂਤ ਉਹ ਨੇ ਰੱਬ ਜਿਨ੍ਹਾਂ ਤੋਂ ਦੂਰ ਹੈ, ਭੈੜਾ ਜੀਵਨ ਹੈ ਉਹਨਾਂ ਦਾ। ਦੇਵਤੇ ਉਹ ਨੇ ਰੱਬ ਜਿਨ੍ਹਾਂ ਦੇ ਨੇੜੇ ਹੈ, ਤੇ ਪ੍ਰਤੱਖ ਕਹਿ ਰਹੇ ਨੇ ਕਈ ਕੋਟ ਜਖਿਆ ਕਿੰਨਰ ਪਿਸਾਚ, ਵਾਕਿਆ ਹੀ ਭੂਤ ਪ੍ਰੇਤ ਹੁੰਦੇ ਨੇ ਦੀਨ ਦੁਨੀਆਂ ਦੇ ਮਾਲਕ ਕਹਿੰਦੇ, ਪਰ ਭੂਤ ਜਿਹੜੇ ਨੇ ਭੂਤਾਂ ਨੂੰ ਹੀ ਚਿੰਬੜਦੇ ਨੇ, ਬਾਣੀ ਤੋਂ ਵਿਹੂਣਿਆਂ ਨੂੰ ਹੀ ਚਿੰਬੜਦੇ ਨੇ, ਸਾਧੂਆਂ ਸੰਤਾਂ ਕੋਲ ਨਹੀਂ ਆਉਣਗੇ। ਉਹ ਬਾਣੀ ਕਹਿੰਦੀ ਹੈ, ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੇ ਨਾ ਭਾਈ, ਨੇੜੇ ਨਹੀਂ ਆਉਣਗੇ। ਜਿਨ੍ਹਾਂ ਦੇ ਕੋਲ ਰਾਮ ਦੀ ਬਾਣੀ ਦੀ ਲਕੀਰ ਹੈ, ਉਹਨਾਂ ਕੋਲੇ ਨੇੜੇ ਨਹੀਂ ਆਉਂਦੇ। ਖੈਰ, ਇਹਨਾਂ ਸਾਰਿਆਂ ਨੇ ਖੁਦਾ ਨੂੰ ਨੇਤ ਆਖਿਆ ਹੈ। ਸੂਸ਼ਮ ਤੇ ਸੂਸ਼ਮ ਕਰ ਚੀਨੇ, ਬ੍ਰਿੰਦਨ ਬ੍ਰਿੰਦ ਬਤਾਏ। ਬੜੇ ਸੂਖਸ਼ਮ ਹੈ, ਬੜਾ ਨਿੱਕਿਓ ਨਿੱਕਾ ਹੈ, ਜੇ ਬ੍ਰਿੰਦ ਆਕਾਰ ਵਿੱਚ ਆਉਣਾ ਹੈ ਤੇ ਉਹ ਵੱਡਿਓਂ ਵੱਡਾ ਹੈ, ਜਿਹਦਾ ਅੰਤ ਨਹੀਂ ਹੈ। ਸਮੁੰਦਰਾਂ ਦੇ ਅੰਤ ਪੈ ਸਕਦੇ ਨੇ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਉਂ ਪਾਤਸ਼ਾਹ ਆਖਣ ਲੱਗੇ, ਭੂਮ ਆਕਾਸ਼ ਪਤਾਲ ਸਭੈ ਸਜ ਏਕ ਅਨੇਕ ਸਦਾਏ। ਵੇਖੋ, ਧਰਤੀ ਸਾਜੀ ਹੈ, ਆਕਾਸ਼ ਉਸਨੇ ਸਾਜਿਆ, ਧਰਤੀ ਤੇ ਰਹਿਣ ਵਾਲੇ ਜੀਵ ਸਾਜੇ, ਆਕਾਸ਼ ਉੱਚ ਉੱਡਣ ਵਾਲੇ ਪੰਛੀ ਸਾਜੇ, ਪਾਤਾਲ ਵਿੱਚ ਰਹਿਣ ਵਾਲੇ ਤੇ ਪਾਤਾਲ ਉਸਦੇ ਬਣਾਏ ਹੋਏ ਨੇ। ਧਰਤੀ ਦਾ ਕੋਰ ਉਸਨੇ ਬਣਾਇਆ ਹੋਇਆ ਹੈ। ਏਕ ਅਨੇਕ ਸਦਾਏ, ਅਰਬਦ ਨਰਬਦ ਤੰਦੂਕਾਰਾ, ਅੱਗੇ ਇਕੱਲਾ ਸੀ, ਫੁਰਨਾ ਹੋਇਆ, ਲੱਖਾਂ 'ਚ ਹੋ ਗਿਆ, ਅੱਗੇ ਇਕੱਲਾ ਸੀ, ਆਕਾਸ਼ਾਂ ਪਾਤਾਲਾਂ ਵਿੱਚ ਵੰਡਿਆ ਗਿਆ। ਜੀ ਕਰਦਾ ਹੈ ਵਿਸਥਾਰ ਕਰ ਦਿੰਦਾ ਹੈ, ਜੀ ਕਰਦਾ ਹੈ ਸਭ ਕੁਝ ਖਤਮ ਕਰਕੇ ਫਿਰ ਇੱਕ ਹੋ ਜਾਂਦਾ ਹੈ। ਸੋ ਨਰ ਕਾਲ ਫਾਸ ਤੇ ਬਾਚੇ, ਜੋ ਹਰ ਸਰਣ ਸਿਧਾਏ। ਜਿਹੜਾ ਪ੍ਰਭੂ ਦੀ ਸ਼ਰਨ ਚਲਿਆ ਗਿਆ, ਕਰਤਾਰ ਹੈ ਜੋ ਕਰਤਾ ਹੈ ਦੁਨੀਆਂ ਦਾ, ਕਹਿੰਦੇ ਕਾਲ ਦੀ ਫਾਹੀ ਉਸਦੀ ਕੱਟੀ ਗਈ, 84 ਲੱਖ ਜੂਨਾਂ ਤੋਂ ਰਹਿਤ ਹੋ ਗਿਆ। ਪ੍ਰਤੱਖ ਬਾਬਾ ਦੀਪ ਸਿੰਘ ਵਾਂਗੂ ਕਾਲ ਦਾ ਭੈ ਉਸਨੂੰ ਕੋਈ ਨਾ ਰਿਹਾ। ਮਹਾਰਾਜ ਕਹਿੰਦੇ ਨੇ ਮੌਤ ਨੂੰ ਵੀ ਜਿੱਤਣ ਵਾਲਾ ਉਹ ਬਣ ਗਿਆ। ਮੌਤ ਹਰ ਇੱਕ ਨੂੰ ਖਤਮ ਕਰਦੀ ਹੈ, ਮੌਤ ਜਿਸ ਨੂੰ ਮਾਰ ਲੈਂਦੀ ਹੈ, ਨਾਂ ਵੀ ਮਿੱਟੀ ਤੇ ਚੰਮ ਵੀ ਮਿੱਟੀ, ਪਰ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹਨਾਂ ਦਾ ਤਨ ਤੇ ਮਿੱਟੀ ਹੋ ਜਾਂਦਾ, ਨਾਮ ਕਰਕੇ ਅਮਰ ਹੁੰਦੇ ਨੇ। ਆਓ ਉਸ ਨਿਰੰਕਾਰ ਦੀ ਸ਼ਰਨ ਵਿੱਚ ਚੱਲੀਏ, ਜੋ ਸੋ ਨਰ ਕਾਲ ਫਾਸ ਤੇ ਬਾਚੇ, ਜੋ ਹਰ ਸਰਣ ਸਿਧਾਏ, ਉਹਦੀ ਸ਼ਰਨ ਲਈਏ, ਮੌਤ ਦਾ ਭੈ ਖਤਮ ਹੋਵੇ, ਦੁੱਖਾਂ ਦੀ ਫਾਹੀ ਕੱਟੀ ਜਾਵੇ। ਐਸੀਆਂ ਬਰਕਤਾਂ ਉਹਦੇ ਦਰ ਤੋਂ ਪ੍ਰਾਪਤ ਹੁੰਦੀਆਂ ਨੇ, ਉਹਦੇ ਤੋਂ ਲੈਦਾ, ਪ੍ਰਭੂ ਤੋਂ ਲੈਦਾ ਕੋਈ ਕਰਤਾਰ ਨਹੀਂ ਹੈ, ਤੇ ਖਾਲਸਾ ਉਹਦੇ ਤੋਂ ਬਿਨਾਂ ਹੋਰ ਕਿਸੇ ਅੱਗੇ ਸਿੱਜਦਾ ਨਹੀਂ ਕਰਦਾ। ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।